ਵਾਹਿਗੁਰੂ 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 ਜੁੜ ਕੇ ਖੁੱਲ ਕੇ ਸੁਣਾ ਖੁੱਲ ਕੇ ਵਾਹਿਗੁਰੂ 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 ਖੁੱਲ ਕੇ ਖੁੱਲ ਕੇ ਸਾਰੀ ਮਰਜ਼ੀ ਲਾਓ ਸਾਰਾ ਘੇਰ ਕੇ ਬਾਹਰੋਂ ਇਹਨੂੰ ਆਪਣੇ ਅੰਦਰ ਲਿਆਓ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਡੰਡਾਉਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਰਾਜਾਨ ਰਾਜ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਰਾਜਾਨ ਰਾਜ ਪਾਨਾਨ ਪਾਨ ਇੱਕ ਮੰਦਰ ਪਾਨਾਨ ਪਾਨ ਸੂਰਜਾਂ ਦੇ ਸੂਰਜ ਦੇਵਾਨ ਦੇਵ ਦੇਵਤਿਆਂ ਦੇ ਦੇਵਤੇ ਰੰਕਾਨ ਰੰਕ ਨਿਮਰਤਾ ਦੇ ਪੁੰਜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸਰਬ ਕਲਾ ਸਮਰੱਥ ਨਮੋ ਸ਼ਾਹ ਸ਼ਾਹੇ ਨਮੋ ਮਹਾਮਹੇ ਗੁਰੂ ਗ੍ਰੰਥ ਸਾਹਿਬ ਜੀ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਆਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੋਈ ਰਾਜਾ ਆਪਣੇ ਘੋੜੇ ਤੇ ਚੜਿਆ ਸਵੇਰਾ ਸਵੇਰ ਸੀ ਸਾਢੇ ਕੁ ਛੇ ਦਾ ਟਾਈਮ ਆਪਣੀ ਰਿਆਇਤ ਵਿੱਚ ਘੁੰਮਣ ਲਈ ਚੜਿਆ ਆਖੋ ਵਾਹਿਗੁਰੂ ਆਪਣੀ ਰਿਆਇਤ ਰਿਆਸਤ ਉਹਦੇ ਨੂੰ ਘੁੰਮਣ ਚੜਿਆ ਅੱਜ ਪਹਿਲੇ ਦਿਨ ਕੋਈ ਐਸਾ ਅਨੁਭਵ ਹੋਇਆ ਜੋ ਕਦੀ ਨਹੀਂ ਸੀ ਦੇਖਿਆ ਅੱਖ ਵਾਹਿਗੁਰੂ
ਪਾਣੀ ਦੀ ਲੱਗੀ ਪਿਆਸ ਬੁਝਾਉਣ ਲਈ। ਪਾਣੀ ਲੱਭਦਾ ਲੱਭਦਾ ਦੂਰ ਦਰੇਡੇ ਇੱਕ ਕੁਟੀਆ ਦਿਸੀ। ਅੱਖ ਹੋਏ, ਸੋਚਿਆ ਰਿਆਇਤ ਤਾਂ ਮੇਰੀ ਹੈ, ਜਿਹੜਾ ਕੋਈ ਇਸ ਕੁਟੀਆ 'ਚ ਰਹਿੰਦਾ ਉਹਦੇ ਕੋਲ ਕੜਾ ਪਾਣੀ ਦਾ ਤਾਂ ਜ਼ਰੂਰ ਹੋਊ। ਪਾਣੀ ਦੀ ਆਸ ਕਰਕੇ ਆਇਆ, ਅੱਗੇ ਵੇਖਿਆ ਕੋਈ 5 ਸਾਲ ਦਾ ਬੱਚਾ ਇਸ ਤਰ੍ਹਾਂ ਬੈਠਾ। ਕਿੰਨੇ ਸਾਲ ਦਾ? 5 ਸਾਲ ਦਾ। ਕਦੀ ਨਹੀਂ ਸੀ ਦੇਖਿਆ ਇਸ ਤਰ੍ਹਾਂ, ਕਦੀ ਨਹੀਂ ਸੀ ਦੇਖਿਆ ਇਸ ਤਰ੍ਹਾਂ ਦਾ ਬੱਚਾ। ਵਰਿਆ ਵਰਿਆ ਦਰਗਹਿ ਗੁਰੂ ਕੀ, ਵਰਿਆ ਉਸ ਬੱਚੇ ਦੇ ਮੂੰਹ ਤੇ। ਕੁਦਰਤੀ ਨੂਰ, ਕੁਦਰਤੀ ਉਸ 5 ਸਾਲ ਦੇ ਬੱਚੇ ਦੇ ਚਿਹਰੇ ਦੇ ਉੱਤੇ ਕੁਦਰਤ ਦਾ ਨੂਰ ਜ਼ਹੂਰ ਵਗ ਰਿਹਾ 5 ਸਾਲ ਦੇ ਬੱਚੇ। ਕਿਤੇ ਤਾਰ ਜੁੜ ਗਈ, ਅੱਖ ਵਾਹਿਗੁਰੂ ਨੂਰ ਵੰਡਣ ਵਾਲੇ ਦੇ ਨਾਲ ਕਿਤੇ ਪ੍ਰਕਾਸ਼ ਆਉਣਾ ਸ਼ੁਰੂ ਹੋ ਗਿਆ। ਅਗੰਮੀ ਰਸ ਵਿੱਚ ਡੁੱਬ ਗਿਆ 5 ਸਾਲ ਦਾ ਬੱਚਾ। ਹੁਣ ਪਹਿਲੇ ਦਿਨ ਤੇ ਡੁੱਬਿਆ ਨਹੀਂ, ਉਹ ਅਭਿਆਸੀ ਹੋ। ਭਾਈ ਸਾਹਿਬ ਅੱਗੇ ਹੋ, ਥੋੜੇ ਜਿਹੇ ਤੂੰ ਅੱਗੇ ਇੱਥੇ, ਤੁਸੀਂ ਭਾਈ ਸਾਹਿਬ ਆਓ ਪੁੱਤਰ, ਹੱਦ ਮਾਲਿਆਂ ਵਾਲੇ ਗੁਰੂ ਕਿਸੇ। ਪਹਿਲੇ ਦਿਨ ਤੇ ਕਨੈਕਸ਼ਨ ਨਹੀਂ ਨਾ ਜੁੜਿਆ, ਉਹ ਰੰਗ ਲਾਗਤ ਲਾਗਤ ਰੰਗ ਚੜ੍ਹਦਾ 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 ਹੀ ਚੜ੍ਹਦਾ ਹੈ ਨਾ। ਭ੍ਰਮ ਭਗਤ ਭਗਤ ਤੇ ਮਨ ਜਾਗਤ ਜਾਗਤ। ਪਹਿਲੇ ਦਿਨ ਤੇ ਜਗਮਗ ਨੂਰ ਨਹੀਂ ਨਾ ਹੋਇਆ, ਉਹ ਆਖਰ ਪਹਿਲੇ ਸਮੇਂ ਦਾ ਅਭਿਆਸ ਉਸ ਬੱਚੇ ਨੂੰ ਇਤਨਾ ਬੈਠਾ ਵੇਖਿਆ, ਇਤਨਾ ਮਹਿਸੂਸ ਹੋਵੇ ਵੀ ਇਹਦੇ ਅੰਦਰ ਕੋਈ ਨਸਾਰ ਵਗ ਰਹੀ, ਉਹਦੇ ਵਿੱਚੋਂ ਕੋਈ ਵਗ ਰਿਹਾ ਹੈ ਇਹਦੇ ਅੰਦਰ। ਕੋਲ ਆਇਆ, ਆਪ ਮਹਾਰੇ ਘੋੜੇ ਤੋਂ ਥੱਲੇ ਉਤਰਿਆ। ਹੇ ਵਾਹਿਗੁਰੂ, ਬੱਚਾ ਮੇਰਾ ਵੀ 5 ਸਾਲ ਦਾ ਹੈਗਾ। ਬੀਬੀ ਉਹ ਬੱਚਿਆਂ ਨੂੰ ਫੜੋ, ਧੀਓ ਬੱਚਿਆਂ ਨੂੰ ਫੜੋ, ਮੇਰੀਆਂ ਭੈਣਾਂ ਜਿਨ੍ਹਾਂ ਦੇ ਬੱਚੇ ਫੜ ਲਓ, ਫੜ ਲਓ ਮੇਰੀਆਂ ਬੱਚੀਆਂ, ਇਸ ਤਰ੍ਹਾਂ ਨਾ ਕਰੋ, ਇਹਨਾਂ ਨੂੰ ਛੱਡੋ ਨਾ। ਅੱਖ ਵਾਹਿਗੁਰੂ, ਬੱਚਾ ਮੇਰਾ ਵੀ 5 ਸਾਲ ਦਾ ਹੈਗਾ ਹੈ। ਇਹਨੇ ਤਾਂ ਪਤਾ ਨਹੀਂ ਕਦੀ ਫਰੂਟ ਵੇਖਿਆ ਕਿ ਨਹੀਂ, ਫਲ ਵੇਖੇ ਕਿ ਨਹੀਂ। ਮੇਰਾ ਬੱਚਾ ਫਲ ਖਾਂਦਾ ਹੈ, ਦੁੱਧ ਪੀਂਦਾ ਹੈ, ਪੰਘੂੜਿਆਂ 'ਚ ਖੇਡਦਾ ਹੈ, ਮਗਰ ਮੇਰੇ 5 ਸਾਲ ਦੇ ਬੱਚੇ ਦਾ ਮੁਖੜਾ ਇਸ ਤਰ੍ਹਾਂ ਦਾ ਕਿਉਂ ਨਹੀਂ?
ਇਹਦੇ ਚਿਹਰੇ ਤੋਂ ਜਿਹੜਾ ਵਗ ਰਿਹਾ ਨੂਰ ਹੈ ਉਹ ਆਇਆ ਕਿੱਥੋਂ ਆ? ਅਜੇ ਮਨ ਵਿੱਚ ਵਿਚਾਰ ਕਰਦਾ ਸੀ ਰਾਜਾ, ਨੇਤਰ ਚੁੱਕੇ, ਸਾਹਮਣੇ ਉਹਦੀ ਮਾਂ ਬੈਠੀ ਸੀ, ਅੱਖ ਵਾਹਿਗੁਰੂ, ਪੰਜ ਸਾਲ ਦੇ ਬੱਚੇ ਦੀ। ਉੱਧਰ ਨੇਤਰ ਚੁੱਕੇ, ਮਾਂ ਦੇ ਚਿਹਰੇ ਤੋਂ ਵੀ ਨੂਰ ਵਗ ਰਿਹਾ, ਮਾਂ ਦੇ ਚਿਹਰੇ ਤੋਂ ਵੀ ਵੇਖਿਆ, ਸਮਾਧੀ ਰੰਗ ਵਿੱਚ ਡੁੱਬ ਗਿਆ। ਰਾਣੀ ਮੇਰੀ ਵੀ ਹੈ, ਜ਼ਿਆਦਾ ਛੇੜਦਾ, ਜ਼ਿਆਦਾ ਛੇੜਦਾ, ਥੋੜ੍ਹੀ ਘੱਟ। ਰਾਣੀ ਮੇਰੀ ਵੀ ਹੈ, ਸੋਨਾ ਬੜਾ ਪਾਇਆ ਹੈ ਉਹਨੇ, ਚੰਗੇ ਪਲੰਘਾਂ 'ਤੇ ਰਹਿੰਦੀ, ਰਥਾਂ ਉੱਤੇ ਘੁੰਮਦੀ, ਮਗਰ ਉਹਦੇ ਚਿਹਰੇ ਤੋਂ ਸਵਾਹ ਉੱਡਦੀ। ਨੂਰ ਦੀ ਤਾਂ ਗੱਲ ਛੱਡੋ, ਚਿਹਰੇ ਤੋਂ ਸਵਾਹ ਉੱਡਦੀ। ਇੱਕ ਕੁਟੀਆ 'ਚ ਰਹਿਣ ਵਾਲੀ ਗਰੀਬ ਔਰਤ, ਇਹਦੇ ਚਿਹਰੇ 'ਤੇ ਨੂਰ ਕਿੱਥੋਂ? ਮਗਰ ਦੋਵੇਂ ਮਾਂ ਅਤੇ ਪੁੱਤ ਦਾ ਚੌਂਕੜਾ ਵੱਜਿਆ ਸੀ, ਅੰਦਰੋਂ ਧੁਨੀ ਚੁੱਕੋ ਧੁਨੀ ਨਿਕਲਦੀ ਸੀ, ਇੱਥੋਂ ਕੋਈ ਧੁਨੀ ਨਿਕਲਦੀ ਸੀ, ਵਾਹਿਗੁਰੂ 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 ਨਹੀਂ ਜੀ ਜਾਣਦੇ ਹੋ ਤੁਸੀਂ ਚ ਵਾਹਿਗੁਰੂ 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 ਜਪੋ, ਮੇਰੀਆਂ ਭੈਣਾਂ ਸਾਰੀਆਂ ਜਪੋ, ਵਾਹਿਗੁਰੂ 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 ਤੁਹਾਡੇ ਬੱਚਿਆਂ ਦੇ ਚਿਹਰੇ ਤੇ ਵੀ ਨੂਰ ਆਊ, ਤੁਹਾਡੇ ਵੀ ਆਊ, ਵਾਹਿਗੁਰੂ 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 ਵਾ
ਬਾਹਰਲੇ ਨੂੰ ਚੁੱਪ ਕਰਾ ਕੇ, ਅੰਦਰਲੇ ਨੂੰ ਚੁੱਪ ਕਰਾ ਕੇ, ਹਰ ਗੁਣ ਗਾਏ ਨੱਚੇ ਅਰ ਕੁੱਦੇ ਸੁਰਤ, ਹਰੀ ਦੇ ਗੁਣ ਗਾਉਂਦੇ ਉਹਨਾਂ ਦੀ ਨੱਚੇ ਵੀ ਤੇ ਕੁੱਦੇ ਵੀ, ਸਰੀਰ ਨਾਲ ਨਹੀਂ ਸਤਸੰਗਤ ਕਹਿੰਦੇ ਜੇ ਇੱਥੇ ਕੋਈ ਨਾਮ ਵਖਾਣੀ ਹੈ ਵਾਹਿਗੁਰੂ ਇਸ਼ਨਾਨ ਕਰੋ, ਇਸ਼ਨਾਨ ਰੂਹ ਦਾ ਇਸ਼ਨਾਨ ਹੋ ਰਿਹਾ, ਇੱਕ ਸ਼ਬਦ ਆਪ ਜੀ ਨੇ ਪੜ੍ਹਿਆ ਹੋਣਾ, ਰੋ ਰੋ ਰੀ ਬਹੁਰੀਆ ਪੜ੍ਹਿਆ, ਆਵਾਜ਼ ਖਿਲਰਦੀ ਹੈ ਭਾਈ ਸਭਾ ਚ, ਕੀ ਹੋ ਗਿਆ ਕੁਛ, ਪਲੀਜ਼ ਬੜੀ ਕਿਰਪਾ ਹੋ ਗਈ, ਖਿਲਰੇ ਨਾ ਰਹੋ 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 ਰੀ ਬਹੁਰੀਆ, ਬਸ ਠੀਕ ਆ ਜਾਓ ਮੈਂ ਕੋਲ ਹੋ ਜਾਣਾ, ਰਹੋ ਰਹੋ ਰੀ ਬਹੁਰੀਆ, ਬਹੁਰੀਆ ਮੀਨਜ਼ ਵੋਟੀਏ,
ਵੋਟੀ ਹੈ ਬਹੂ, ਪਤਾ ਲੱਗਾ ਬਹੂ ਆਪਾਂ ਕਿਹਨੂੰ ਕਹਿੰਦੇ, ਵੋਟੀ ਨੂੰ। ਘੁੰਡ ਕੱਢਿਆ ਸੀ ਉਹਨੇ ਕਿੰਨੇ, ਬੋਲੋ ਧੀ ਉਹ ਤੁਹਾਡੇ ਤੇ ਗਲੋਂ ਲਾ ਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਦਮਾਲੇ ਵਾਲੀ ਧੀ ਨੂੰ, ਇਹ ਤੁਹਾਡੇ ਗਲੋਂ ਲਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਆਖੋ ਵਾਹਿਗੁਰੂ। ਪੁਰਾਣੇ ਸਮੇਂ ਦਾ ਇਹ ਰਿਵਾਜ ਸੀ ਵੀ ਕੁੜੀ ਨੂੰ ਵੱਡੇ ਵਡੇਰਿਆਂ ਤੋਂ ਘੁੰਡ ਕੱਢਣਾ ਪੈਂਦਾ ਸੀ, ਪੈਂਦਾ ਸੀ ਬੋਲੋ। ਤੇ ਮੇਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦਾ, ਰਹੋ ਰਹੋ ਰੀ ਬਹੁਰੀਆ ਘੁੰਗਟ ਕੱਢੇ, ਛੱਡ ਨੀ ਛੱਡ ਕੀ ਘੁੰਗਟ ਕੱਢਣਾ, ਅੰਤ ਕੀ ਵਾਰ ਲਹੇਗੀ ਨਾ ਆਡੇ, ਅੰਤ ਕੀ ਜਦੋਂ ਮੜੀਆਂ ਚ ਪਈ ਹੋਏਗੀ, ਇਹੋ ਸਹੁਰੇ ਵੀ ਉੱਥੇ ਆਉਣਗੇ, ਇਹ ਵੱਡੇ ਵਡੇਰੇ ਵੀ ਉੱਥੇ ਆਉਣਗੇ, ਉਦਣ ਤੇਰੇ ਮੂੰਹ ਤੇ ਕੌਣ ਕੱਪੜਾ ਦਊ, ਨਹੀਂ ਪਤਾ ਲੱਗਾ। ਚਿੱਟੇ ਦੁਮਾਲੇ ਵਾਲੀ ਧੀ ਨੂੰ ਪਤਾ ਨਹੀਂ ਲੱਗਾ, ਨਹੀਂ ਬਹੂ ਨੂੰ ਉਪਦੇਸ਼ ਕਰ ਰਹੇ ਕਬੀਰ ਸਾਹਿਬ, ਕਹਿੰਦੇ ਰਹੋ ਰਹੋ ਰੀ ਬਹੁਰੀਆ ਘੁੰਗਟ ਕੱਢੇ, ਘੁੰਗਟ ਕੱਢਣਾ ਛੱਡ। ਇੱਕ ਦਿਨ ਐਸਾ ਆਉਣਾ ਜਿੱਦਣ ਤੂੰ ਲੱਕੜੀਆਂ ਤੇ ਪਈ ਹੋਣਾ, ਅੰਤ ਕੀ ਵਾਰ ਲਹੇਗੀ ਨਾ ਆਡੇ, ਅੰਤ ਕੀ ਵਾਰ ਤੇਰੇ ਤੇ ਕੱਪੜਾ ਕੌਣ ਪਾਊ। ਆਖੋ ਵਾਹਿਗੁਰੂ। ਘੁੰਗਟ ਕੱਢੇ ਕੀ ਇਹ ਵਡਾਈ, ਘੁੰਗਟ ਕੱਢਣ ਦੀ ਇਹ ਵਡਿਆਈ ਆ ਵੀ ਲੋਕੀ ਕਹਿਣਗੇ ਦਿਨ ਦਸ ਚਾਰ ਬਹੂ ਭਲੇ ਆਈ। ਕੋਈ ਪਤਾ ਲੱਗਿਆ ਕਿ ਨਹੀਂ ਵੀ ਚਾਰ ਦਿਨ ਲੋਕੀ ਗੱਲਾਂ ਕਰਨਗੇ, ਵੋਟੀ ਬੜੀ ਭਲੀ ਆਈ ਆ ਵੱਡਿਆਂ ਤੋਂ ਘੁੰਡ ਕੱਢਦੀ। ਆਖੋ ਵਾਹਿਗੁਰੂ। ਫਿਰ ਇੱਕ ਵਾਰ ਰਿਪੀਟ ਕਰਾਉਂਦਾ ਜੀ, ਗੁਰਬਾਣੀ ਤੋਂ ਬਾਹਰ ਨਹੀਂ ਕੁਛ ਕਹੂੰਗਾ। ਰਹੋ ਰਹੋ ਰੀ ਬਹੁਰੀਆ ਘੁੰਗਟ ਕੱਢੇ, ਅੰਤ ਕੀ ਬਾਰ ਲਹੇਗੀ ਨਾ ਅੱਡੇ, ਘੁੰਗਟ ਕਾਢੇ ਕੀ ਇਹ ਵਡਾਈ, ਦਿਨ ਦਸ ਚਾਰ ਬਹੂ ਭਲੇ ਆਈ। ਆਖਿਆ ਜੀ ਫਿਰ ਬਾਜੀ ਕਿਸ ਤਰ੍ਹਾਂ ਜਿੱਤੂ, ਇਹ ਤੇ ਸਮਾਜ ਦੀ ਰੋਹ ਰੀਤ ਸੀ ਤੇ ਲੋਕੀ ਕਹਿੰਦੇ ਵੀ ਇਹ ਬਾਜੀ ਜਿੱਤ ਜੂਗੀ ਕਿਉਂਕਿ ਇਹਨੂੰ ਕਿਸੇ ਦੀ ਸ਼ਰਮ ਆ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਸ਼ਰਮ ਨਾ ਕਰ, ਕਹੋ ਕਬੀਰ ਤਬ ਹੀ ਬਹੁ ਜੀਤੇ। ਬੋਲੋ ਹਾਂ, ਜੀਵਨ ਦੀ ਬਾਜੀ ਤਾਂ ਜਿੱਤੂਗੀ, ਹਰ ਗੁਣ ਗਾਏ ਨਾਚੇ ਅਰ ਕੁੱਦੇ, ਨਾਚੇ ਪਤਾ ਲੱਗਾ ਜੀ, ਨੱਚਦੀ ਫਿਰੇ ਕੁੱਦਦੀ ਫਿਰੇ ਮਗਰ ਮੂੰਹ ਚੋਂ ਵਾਹਿਗੁਰੂ 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 ਵਾਹਿਗੁਰੂ, ਤਗੜੇ ਹੋ ਬਾਜੀ ਜਿੱਤ ਕੇ ਜਾਣੀ ਆ। ਜੀਓ ਜੀਓ ਤੂੰ ਨਹੀਂ ਜਾਓ ਰਸ ਵਗੇ।
ਤੋ ਕਹੋ ਨੂੰ ਆਪਣੇ ਆਪ ਸੁਣੋ ਆਪ ਕਥੇ ਆਪ ਸੁਣਨੇ ਆ ਬਣੋ ਆਪੇ ਕਹੋ ਤੇ ਆਪੇ ਸੁਣੋ ਸਮਾਧੀ ਲੱਗੂ ਜੁਦਰੋ ਵੇਖ ਰਿਹਾ ਖੁਸ਼ ਹੋ ਰਿਹਾ ਮੇਰਾ ਸਾਹਿਬ ਹਰ ਧੀ ਦੇ ਮੂੰਹ ਵੱਲ ਹਰ ਵੀਰ ਦੇ ਮੂੰਹ ਵੱਲ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਲਾਸਟ ਪਿੰਡ ਆ ਉਹ ਰਾਜੇ ਵਾਲੀ ਕਹਾਣੀ ਮੈਂ ਭੁੱਲਿਆ ਨਹੀਂ ਕਿਤੇ ਸੋਚੋ ਨਾ ਬਾਹਰ ਭੱਜ ਗਿਆ ਕਿਤੇ ਲਾਸਟ ਪਿੰਡ ਆ ਜਿਹਨੂੰ ਡੇਰਾ ਬਾਬਾ ਨਾਨਕ ਕਹਿੰਦੇ ਬਹੁਤੇ ਡੇਰਾ ਬੋਲਦੇ ਮਗਰ ਡੇਰਾ ਬਾਬਾ ਨਾਨਕ ਉੱਥੇ ਇੱਕ ਜ਼ਿਮੀਂਦਾਰ ਸੀ ਉਹਦਾ ਨਾਮ ਸੀ ਅਜਿੱਤਾ ਰੰਧਾਵਾ ਅੱਖ ਵਾਹਿਗੁਰੂ ਅਜਿੱਤਾ ਇੰਨੀ ਕੋਈ ਤਪਸਵੀ ਰੂਹ ਹੋ ਗਈ ਜਿਹਦੇ ਕੋਲ ਸਵਾ ਮਹੀਨਾ ਗੁਰੂ ਨਾਨਕ ਕਰਤਾਰਪੁਰ ਤੋਂ ਨੰਗੇ ਪੈਰੀ ਆਉਂਦੇ ਰਹੇ ਉਹਦੇ ਨਾਲ ਗੋਸ਼ਟ ਕਰਨ ਲਈ ਉਹਦੇ ਨਾਲ ਜਪਜੀ ਸਾਹਿਬ ਦੀ ਕਥਾ ਸਰਕਾਰ ਨੇ ਉਹਨੂੰ ਸਾਰੀ ਉੱਥੇ ਸੁਣਾਈ ਸਵਾ ਮਹੀਨੇ 'ਚ ਮੂਲ ਮੰਤਰ ਸੁਣਾਇਆ ਆਖੋ ਵਾਹਿਗੁਰੂ ਗਾਉਣ ਦੀ ਮਹੱਤਤਾ ਦੱਸੀ ਤੁਹਾਡੇ ਪਿੰਡਾਂ ਵੱਲ ਆ ਜੀ ਧਾਰੀਵਾਲ ਵਾਲਿਓ ਗਾਉਣ ਦੀ ਮਹੱਤਤਾ ਦਿੱਤੀ ਦੱਸੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਫਿਰ ਗਾਏ ਨੂੰ ਸੁਣਨ ਦੀ ਜਾਚ ਦੱਸੀ ਬਾਬੇ ਨੇ ਕਿਨੂੰ ਅਜਿੱਤੇ ਤੇ ਜਿਉਂ ਜਿਉਂ ਮੇਰਾ ਬਾਬਾ ਗਾਉਣ ਦੀ ਮੂਲ ਮੰਤਰ ਦੀ
ਤੇ ਸੁਣ ਦੀ ਆਵਾਜ਼ ਦੱਸਦਾ ਗਿਆ, ਅਜਿੱਤੇ ਦਾ ਭੋਗ ਪੈਂਦਾ ਗਿਆ। ਬਾਣੀ ਭੋਗ ਪਾ ਦਿੰਦੀ ਜੇ ਆਖੋ ਵਾਹਿਗੁਰੂ, ਕੀ ਕਰ ਦਿੰਦੀ? ਅੰਦਰਲੀ ਹਉਮੈ ਦਾ, ਅਜਿੱਤੇ ਦਾ ਭੋਗ ਪੈਂਦਾ ਗਿਆ। ਸੁਣਨ ਤੋਂ ਮੇਰੇ ਬਾਪੂ ਬਾਅਦ ਮੰਨਣ ਦੀਆਂ ਪੌੜੀਆਂ ਸੁਣਾਈਆਂ ਤੇ ਉਹਨਾਂ ਦੀ ਕਥਾ ਸੁਣਾਈ। ਮੰਨੇ ਕੀ ਗੱਤ ਅਜਿੱਤਿਆ, ਜਿਹੜੇ ਲੋਕੀ ਰੱਬ ਦੇ ਨਾਮ ਨੂੰ ਮੰਨ ਲੈਂਦੇ ਨੇ ਨਾ, ਉਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਮੰਨੇ ਕੀ ਗੱਤ, ਜੇ ਕੋ ਮੂੰਹ ਪਾੜ ਕੇ ਕਹਿਣ ਲੱਗ ਪਏ ਤੇ ਜੇ ਕੋ ਕਹੇ, ਕਿਉਂਕਿ ਬੋਲ ਬਹੁਤ ਛੋਟੇ ਨੇ ਤੇ ਮੰਨਣ ਵਾਲੇ ਦੀ ਮਹਿਮਾ ਬੜੀ ਵੱਡੀ ਹੈ। ਸੁਣ ਰਹੇ ਹੋ? ਟਿਕ ਰਹੇ ਹੋ? ਆਖੋ ਵਾਹਿਗੁਰੂ। ਮੰਨਣ ਵਾਲੇ ਦੀ ਮਹਿਮਾ ਅਜਿੱਤਿਆ, ਮੰਨਣ ਵਾਲੇ ਦੀ ਮਹਿਮਾ ਲਿਖਣੀ ਹੋਵੇ, ਨਾ ਕੋ ਕਾਗਜ਼ ਹੈ, ਨਾ ਕਲਮ ਹੈ, ਨਾ ਲਿਖਾਰੀ ਹੈ। ਰੋਜ਼ ਪੜ੍ਹਦੇ ਹੋ? ਕਾਗਜ਼ ਕਲਮ ਮੰਨੇ ਕਾ ਬਹਿ ਵਿਚਾਰ ਹੋ ਸਕਦੀ, ਮਹਿਮਾ ਨਹੀਂ ਕਹੀ ਜਾ ਸਕਦੀ। ਕਿਹਦੀ? ਮੰਨਣ ਵਾਲੇ ਦੀ। ਸੁਣੋ ਧਿਆਨ ਨਾਲ, ਟਿਕ ਕੇ ਆਪਾਂ ਕਰਦੇ ਨਾ ਸ੍ਰੀ ਜਪਜੀ ਸਾਹਿਬ। ਮੂਲ ਮੰਤਰ ਦਾ ਗਿਆਨ ਨਹੀਂ ਹੋਇਆ, ਹੁਕਮ ਦਾ ਗਿਆਨ ਨਹੀਂ ਹੋਇਆ, ਗਾਉਣ ਦਾ, ਸੁਣਨ ਦਾ, ਮੰਨਣ ਦਾ। ਅਜਿੱਤਿਆ, ਮੰਨਣ ਤੋਂ ਬਾਅਦ ਮੇਰੇ ਬਾਬੇ ਨਾਨਕ ਨੇ ਅਜਿੱਤੇ ਨੂੰ ਚਾਰ ਪੌੜੀਆਂ ਅਸੰਖ ਦੀਆਂ ਸੁਣਾਈਆਂ। ਪੰਚ ਪ੍ਰਵਾਨ, ਪੰਚੇ ਪਾਵੇਂ, ਪੰਚੇ ਸੋਹੇ, ਪੰਚਾਂ ਕਾ ਗੁਰ, ਇਹ ਅਸੰਖ ਦੀ ਪਹਿਲੀ ਪੌੜੀ ਹੈ। ਇਹਦੇ ਪਿੱਛੇ ਜਾ ਕੇ ਵੀ ਲਾਸਟ ਤੇ ਲਿਖਿਆ, ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ। ਅਜਿੱਤੇ ਨੂੰ ਗਰੀਬ ਨਿਵਾਜ ਨੇ ਆਖਿਆ, ਅਜਿੱਤਿਆ ਇਸ ਧਰਤੀ ਦੇ ਉੱਤੋਂ ਸੱਚ ਖਤਮ ਨਾ। ਇਸ ਤਰ੍ਹਾਂ ਨਹੀਂ, ਤੈਨੂੰ ਕਿਹਾ ਇਸ ਤਰ੍ਹਾਂ ਨਹੀਂ, ਟਿਕ ਕੇ। ਇਸ ਧਰਤੀ ਤੇ ਅਸੰਖ ਲੋਕ ਨੇ ਜਿਹੜੇ ਜਪ ਕਰਨ ਵਾਲੇ ਅਜੇ ਵੀ ਬੈਠੇ। ਅਸੰਖ ਜਪ, ਅਸੰਖਾਂ ਲੋਕ ਉਹਦੇ ਭਾਵ ਚ ਰਹਿਣ ਵਾਲੇ ਅਜੇ ਵੀ ਬੈਠੇ। ਅਸੰਖ ਪੂਜਾ ਕੌਣ ਕਹਿ ਰਿਹਾ? ਗੁਰੂ ਨਾਨਕ ਸਾਹਿਬ ਜੀ ਕਿਹਨੂੰ ਕਹਿ ਰਹੇ? ਅਸੀਂ ਸੋਚਦੇ ਹਾਂ ਪਤਾ ਨਹੀਂ ਰੱਬ ਦੇ ਉੱਤੇ ਪਿਆਰੇ ਇਸ ਧਰਤੀ ਤੋਂ ਮੁੱਕ ਗਏ ਨੇ। ਰਹਿੰਦੀ ਦੁਨੀਆਂ ਤੱਕ ਜਿੰਨਾ ਚਿਰ ਜਪਜੀ ਸਾਹਿਬ ਪੜਿਆ ਜਾਊਗਾ, ਮੇਰਾ ਬਾਬਾ ਕਹਿੰਦਾ ਰਹੂਗਾ, ਨਹੀਂ ਦੁਨੀਆਂ ਦੇ ਲੋਕੋ, ਜਪੀਆਂ ਤੋਂ, ਤਪੀਆਂ ਤੋਂ, ਭਾਵ ਰੱਖਣ ਵਾਲਿਆਂ ਤੋਂ ਇਹ ਧਰਤੀ ਖਾਲੀ ਨਹੀਂ ਹੋਈ। ਅਸੰਖ ਮੋਨ, ਅਸੰਖ ਮੁੰਨ ਜਨ ਬੈਠੇ ਨੇ ਲਿਵ ਜੋੜ ਕੇ ਅਜੇ ਵੀ ਧਰਤੀ ਤੇ। ਇਹ ਚਾਰ ਪੌੜੀਆਂ ਸੁਣਾਈਆਂ ਸਰਕਾਰ ਨੇ ਉਹਨੂੰ। ਜਿੱਦਣ ਜਪਜੀ ਸਾਹਿਬ ਦਾ ਭੋਗ ਪਿਆ, ਖੰਡ ਸੁਣਾਏ। ਕਿੰਨੇ ਖੰਡ ਆ ਜੀ? ਵਿਆਖਿਆ ਸੁਣਾਓਗੇ? ਪਹਿਲਾ ਕਿਹੜਾ? ਸ਼ਾਬਾਸ਼, ਜਿੰਦਾ ਰਹੋ। ਤੁਸੀਂ ਦੱਸੋ ਦਮਾਲੇ ਵਾਲੇ ਦੂਸਰਾ? ਅੱਛਾ, ਗਿਆਨ ਖੰਡ, ਚੰਗੀ ਤਰ੍ਹਾਂ ਸੁਣ ਲਓ, ਚੌਂਕੜਾ ਮਾਰੋ ਤੁਸੀਂ। ਪਹਿਲਾ ਕਿਹੜਾ? ਧਰਮ ਖੰਡ। ਦੂਸਰਾ? ਤੀਸਰਾ? ਸਰਮ ਖੰਡ। ਚੌਥਾ? ਕਰਮ ਖੰਡ। ਤੇ ਪੰਜਵਾਂ? ਇਹ ਪੰਜਾਂ ਦੀ ਵਿਆਖਿਆ ਸੁਣਾਈ ਸਰਕਾਰ ਨੇ ਕਿਨੂੰ?
ਅਜਿੱਤੇ ਰੰਧਾਵੇ ਨੂੰ। ਤੇ ਜਿਉਂ ਜਿਉਂ ਅਜਿੱਤਾ ਭਿੱਜਦਾ ਜਾਂਦਾ ਸੀ, ਗੁਰੂ ਫੇਰ ਮੀਂਹ ਪਾਉਂਦਾ ਸੀ, ਵਾਹਿਗੁਰੂ 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 ਵਾਹਿਗੁਰੂ। ਉਖੜੋ ਨਾ, ਉਖੜੋ ਨਾ, ਉਖੜੋ ਨਾ, ਵਾਹਿਗੁਰੂ 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 ਬੜੀ 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 ਕਿਰਪਾ ਹੋ ਗਈ ਜੇ ਇਸ ਮਨ ਚੰਚਲ ਕੋ ਘੇਰ ਕੇ ਘੇਰ ਕੇ ਘੇਰ ਕੇ ਪੰਜਾਂ ਖੰਡਾਂ ਦੀ ਵਿਆਖਿਆ ਸੁਣਾ ਕੇ ਸਰਕਾਰ ਨੇ ਸੱਚ ਖੰਡ ਚ ਖੜਿਆ ਉਹਦੀ ਸੁਰਤ ਨੂੰ, ਕਿਹਦੀ ਨੂੰ? ਤੇ ਅਜਿੱਤਾ ਰੰਧਾਵਾ ਕਹਿੰਦਾ ਗਰੀਬ ਨਵਾਜ ਬਹੁਤ ਆਨੰਦ ਆ, ਬਹੁਤ ਆਨੰਦ ਆ। ਅਜਿੱਤਿਆ ਕੀ ਵੇਖਿਆ ਈ? ਆਖੋ ਵਾਹਿਗੁਰੂ। ਕਹਿੰਦਾ ਮਹਾਰਾਜ ਇੱਥੇ ਵਸਣ ਵਾਲੀਆਂ ਤੇ ਸਾਰੀਆਂ ਰੂਹਾਂ ਵਾਹਿਗੁਰੂ 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 ਵਾਹਿਗੁਰੂ। ਜਿੰਨੀਆਂ ਵੇਖੀਆਂ ਰੂਹਾਂ ਸੱਚਖੰਡ ਵਾਸੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਜਿੰਨੀਆਂ ਰੂਹਾਂ ਉੱਥੇ ਸਾਰੀਆਂ ਕੀ ਕਰਨ ਲਈਆਂ? ਤੇ ਮੇਰੇ ਬਾਬੇ ਨੇ ਆਖਿਆ ਜਿੱਤਿਆ ਇੱਕ ਦਿਨ ਇਸ ਧਰਤੀ ਤੇ ਵੀ ਹਾਜ਼ਰੋ, ਇਸ ਧਰਤੀ ਤੇ ਵੀ ਵਾਹਿਗੁਰੂ ਸਭ ਜਪੇਗੀ।
ਬੋਲੋ, ਇਸ ਸ੍ਰਿਸ਼ਟੀ ਦਾ ਇੱਕ ਇੱਕ ਪ੍ਰਾਣੀ ਇਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ। ਕਹੋ ਨਾਨਕ ਕੇ ਤੱਤ ਵਿਚਾਰਾ, ਇਹਦੇ ਤੋਂ ਬਿਨਾਂ ਦੁਨੀਆਂ ਦਾ ਸਾਰੇ ਹੀ ਜੱਪਣਗੇ। ਵਾਹਿਗੁਰੂ ਸਭ ਜੱਪੇਗੀ। ਅਜਿੱਤਿਆ ਦੇਖਣ ਆਵੇ ਆਪ, ਇੱਥੇ ਸੰਗਤ ਉਹਨੂੰ ਬੈਠੀ ਹੈ ਨਾ ਚੌਂਕੜਾ ਮਾਰੋ ਜੀ, ਇੱਥੇ ਸੰਗਤ ਬੈਠੀ ਵਾਹਿਗੁਰੂ ਜਪਦੀ ਅਤੇ ਪਿਤਾ ਜੀ ਵੇਖੇ ਅਤੇ ਵਿਕਸੇ, ਵਿਕਸੇ ਹੋਣਾ ਖੁਸ਼ ਹੋਣਾ। ਤੁਹਾਨੂੰ ਵਾਹਿਗੁਰੂ ਕਹਿੰਦਿਆਂ ਨੂੰ ਵੇਖ ਕੇ ਮੇਰਾ ਬਾਬਾ ਕਿ ਮੇਰਾ ਬੱਚਾ, ਉਠਤ ਬੈਠਤ ਹਰ ਹਰ ਧਿਆਈਏ, ਅੰਨ ਦਿਨ ਸੁਕਰਤ ਕਰੀਏ। ਸੁਕਰਤ ਚੰਗੀ ਕਿਰਤ, ਮੇਰੇ ਬੱਚੇ ਚੰਗੇ ਪਾਸੇ ਲੱਗ ਗਏ ਨੇ। ਅਜਿੱਤਿਆ ਕੋਈ ਘੜੀ ਆਊਗੀ ਇਸ ਸ੍ਰਿਸ਼ਟੀ 'ਤੇ ਵਾਹਿਗੁਰੂ ਸਭ ਜਪੇਗੀ। ਤੁਹਾਡੇ ਮੇਰੇ ਹੁੰਦਿਆਂ ਜਪਣ, ਸਾਡੇ ਜਾਣ ਤੋਂ ਬਾਅਦ ਜਪਣ। ਕੀ ਆਖਿਆ ਸੀ ਗੁਰੂ ਨਾਨਕ ਨੇ? ਅਜਿੱਤਿਆ ਬੋਲੋ, ਵਾਹਿਗੁਰੂ ਹਿੰਦੂ ਮੁਸਲਿਮ ਸਿੱਖ ਈਸਾਈ ਸਭ, ਛੁਟਕਾਰਾ ਉਦਣ ਹੋਊਗਾ ਜਦੋਂ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲੂਗਾ। ਮਾਂ ਨੂੰ ਵੇਖਿਆ ਤੇ ਮਾਂ ਡੁੱਬੀ ਪਈ ਵਾਹਿਗੁਰੂ 'ਚ, ਤਾਂ ਨੇਤਰ ਚੁੱਕੇ ਤੇ ਅੱਗੇ ਪਿਓ ਨੇ ਚੌਂਕੜਾ ਮਾਰਿਆ। ਪਹਿਲੋ ਕਿੰਨੇ ਕਿੰਨੇ ਨੇ, ਅੱਗੇ ਮਾਂ ਦੇ ਚੌਂਕੜੇ ਚੋਂ ਵਾਹਿਗੁਰੂ ਦੀ ਧੁਨੀ ਦੀਆਂ ਗੂੰਜਾਂ ਪੈਣ ਡੀਆਂ। ਕੋਈ ਜੁੜੀ ਹੋਈ ਆਤਮਾ ਜਿੱਦਣ ਵਾਹਿਗੁਰੂ ਜਪਦੀ ਹੈ ਨਾ, ਤੇ ਚਾਰ ਸਵੇਰੇ ਦਾ ਔਰਾ ਇਤਨਾ ਬਣ ਜਾਂਦਾ ਜਿਕੋ ਬਰਸਾਤ ਹੋਣ ਡੀ, ਜਿਹੜਾ ਜਿਹੜਾ ਲਾਗੇ ਵੀ ਅਜੇ ਉਹ ਵੀ ਭੇਜ ਜਾਂਦਾ ਹੈ। ਆਖੋ ਵਾਹਿਗੁਰੂ। ਮਸਕੀਨ ਸਾਹਿਬ ਤੇ ਕਥਾ ਚ ਕਹਿੰਦੇ 60 ਮੀਲ ਤੱਕ ਔਰਾ ਜਾਂਦਾ ਹੈ ਨਾਮ ਜਪਣ ਵਾਲੇ ਦਾ। ਕਿੱਥੋਂ ਤੱਕ? 60 ਮੀਲ ਤੱਕ ਜਿੱਥੇ ਕੋਈ ਨਾਮ ਜਪਦਾ ਉਹਦਾ ਔਰਾ ਫੈਲਦਾ ਹੈ, ਜੀਆਂ ਦਾ ਭਲਾ ਹੁੰਦਾ ਹੈ। ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏਗੋ ਗ੍ਰਾਮ, ਇਲਾਕਾ ਪਵਿੱਤਰ ਹੁੰਦਾ। ਪਿਓ ਨੂੰ ਵੇਖਿਆ ਤੇ ਪਿਓ ਤੋਂ ਵੀ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਧੁਨੀ। ਘੋੜੇ ਤੋਂ ਉੱਤਰ ਕੇ ਬਹਿ ਗਿਆ, ਨਿਟਾਲ ਹੋ ਗਿਆ, ਹੈ ਮੇਰੀਏ ਜਿੰਦੇ, ਰਿਆਸਤ ਦਾ ਰਾਜਾ ਮੈਂ ਹਾਂ। ਮਗਰ ਇਤਨਾ ਪਤਾ ਲੱਗਦਾ ਵੀ ਮੇਰੀ ਰਿਆਸਤ ਦੇ ਵਿੱਚ ਤੇ ਰਾਜੇ ਅਸਲੀ ਉਹ ਨੇ। ਜਿਸ ਨਾਮ ਹਿਰਦੈ ਬੋਲੋ, ਟਿਕ ਕੇ ਟਿਕੇ, ਜਿਸ ਨਾਮ ਹਿਰਦੈ, ਜਿਸ ਨਾਮ ਹਿਰਦੈ, ਜਿਸ ਨਾਮ ਹਿਰਦੈ, ਸੋਈ ਵੱਡ ਰਾਜਾ, ਸੋਈ ਵੱਡ ਰਾਜਾ, ਸੋਈ ਜਿਸਨੂੰ ਬਖਸ਼ੇ ਸਿਫਤ ਸਲਾਹ, ਜਿਸਨੂੰ ਬਖਸ਼ੇ ਸਿਫਤ ਸਲਾਹ, ਜਿਸ ਨਾਨਕ ਪਾਤਸ਼ਾਹੀ ਪਾਤਸ਼ਾਹ, ਨਾਨਕ ਮੇਰੀ ਇਹ ਜਿੰਦੇ ਪਾਤਸ਼ਾਹ ਤੇ ਉਹ ਲੋਕ ਨੇ ਜਿਨ੍ਹਾਂ ਦੀ ਸੁਰਤ ਜੁੜ ਗਈ ਤੇ ਜਿਹੜੇ ਰੱਬ ਦਾ ਮੰਨਦੇ ਉਹ ਕਿ ਨਹੀਂ। ਨਾਮ ਜਪਣ ਵਾਲੇ ਦੇ ਸਿਰ ਤੇ
ਕੁਦਰਤ ਦਾ ਚੌਰ ਝੁੱਲਦਾ ਜੇ 24 ਘੰਟੇ ਜਿੱਥੇ ਨਾਮ ਜਪਣ ਵਾਲਾ ਜਪਦਾ ਕੋਈ ਅੱਖਾਂ ਵਾਲਾ ਵੇਖੇ ਉਹਦੇ ਸਿਰ ਤੇ ਕੁਦਰਤ ਚੌਰ ਚਲਾ ਰਹੀ। ਨਾਮ ਰੱਤੇ ਪਾਤਸ਼ਾਹ, ਨਾਮ ਜਪਣ ਵਾਲਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਮੇਰੇ ਬਾਬੇ ਨੇ ਤਿੰਨਾਂ ਦੀ ਅਵਸਥਾ ਵਰਣਨ ਕੀਤੀ, ਲੱਕੜਹਾਰਾ ਉਹਦੇ ਘਰ ਦੀ, ਉਹਦਾ ਬੱਚਾ ਕਿਸੇ ਅਦਮੀ ਰਸ ਵਿੱਚ ਡੁੱਬੇ ਤੇ ਨਹੀਂ। ਦੇਖਦਿਆਂ ਦੇਖਦਿਆਂ ਛੋਟੇ ਜਿਹੇ ਬੱਚੇ ਨੇ ਨੇਤਰ ਖੋਲੇ ਤੇ ਇਤਰਾਂ ਹੱਥ ਕਰਕੇ ਆਖਿਆ, ਵਾਹਿਗੁਰੂ ਤੇਰਾ ਸ਼ੁਕਰ ਹੈ। ਕੀ ਆਖਿਆ? ਇਹ ਦੁਨੀਆਂ ਦੀ ਸੈਰ ਕਰਾਉਣ ਲਈ ਤੇਰਾ ਮੇਰੀ ਸੁਰਤ ਨੂੰ ਇਹਨਾਂ ਪੰਜਾਂ ਤੱਤਾਂ ਦੀ ਦੇਹ ਚੋਂ ਕੱਢ ਕੇ ਉੱਥੇ ਖੜਨ ਦਾ ਤੇਰਾ ਸ਼ੁਕਰ ਹੈ। 2 ਮਿੰਟ ਬਾਅਦ ਮਾਂ ਨੇ ਅੱਖਾਂ ਤੇ ਹੱਥ ਫੇਰ ਕੇ ਆਖਿਆ, ਵਾਹਿਗੁਰੂ ਤੇਰਾ ਸ਼ੁਕਰ ਹੈ। 2 ਮਿੰਟ ਬਾਅਦ ਪਿਓ ਨੇ ਹੱਥ ਫੇਰ ਕੇ ਅੱਖਾਂ ਦੇ ਉੱਤੇ ਆਖਿਆ, ਵਾਹਿਗੁਰੂ ਤੇਰਾ ਸ਼ੁਕਰ ਹੈ। ਸਾਹਮਣੇ ਵੇਖਿਆ ਰਾਜਾ, ਭੱਜ ਕੇ ਸੇਖਾ ਆਣ ਕੇ ਮੱਥਾ ਟੇਕਣ ਲੱਗਾ, ਆਖੋ ਵਾਹਿਗੁਰੂ ਵੀ ਮੇਰੀ ਰਿਆਸਤ ਦਾ ਰਿਆਜ ਦਾ ਰਾਜਾ ਹੈ। ਪੈਰੀਂ ਹੱਥ ਲਾਉਣ ਲੱਗਾ, ਕਹਿੰਦਾ ਨਾ, ਮੇਰੇ ਪੈਰੀਂ ਹੱਥ ਕਿਉਂ ਲਾਉਣ ਲੱਗਾ ਹੈ? ਸੁਣ ਰਹੇ ਹੋ? ਮੇਰੇ ਮੈਂ ਇਸ ਕਰਕੇ ਤੇਰੇ ਪੈਰੀਂ ਹੱਥ ਲਾਉਣ ਲੱਗਾ, ਤੂੰ ਮੇਰੀ ਰਿਆਸਤ ਦਾ। ਉਹ ਕਹਿਣ ਲੱਗਾ, ਨਾ ਸੱਜਣਾ, ਅੱਜ ਅੱਖ ਖੁੱਲੀ ਤੇਰੇ ਦੀਦਾਰ ਕਰਕੇ, ਰਾਜਾ ਮੈਂ ਨਹੀਂ, ਰਾਜਾ ਤੇ ਤੇਰਾ ਪੁੱਤਰ ਹੈ, ਰਾਜਾ ਤੇਰੀ ਔਰਤ ਹੈ, ਰਾਜਾ ਤੂੰ ਹੈ, ਜਿਨ੍ਹਾਂ ਨੂੰ ਮੇਰੇ ਸਰਕਾਰ ਨੇ ਸਿਰ ਤੇ ਛਤਰ ਚਲਾਇਆ ਹੈ, ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਪ੍ਰਭ ਸੁਖਨੀ ਸਾਹਿਬ ਪੜ੍ਹਦੇ ਹੋ, ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਬੋਲੋ ਬਲਾ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਅਸਲੀ ਸ੍ਰਿਸ਼ਟੀ ਦੇ ਰਾਜੇ ਤੇ ਉਹ ਨੇ ਜਿਹੜੇ ਵਾਹਿਗੁਰੂ ਦਾ, ਜਿਹੜੇ ਜਿਹੜੇ ਤੁਸੀਂ ਧੀਆਂ ਪੁੱਤਰ ਵੀਰ ਅੰਮ੍ਰਿਤ ਵੇਲੇ ਉੱਠਦੇ ਹੋ ਨਾ, ਕਿਤੇ ਆਪਣੇ ਆਪ ਨੂੰ ਸਮਾਜ ਤੋਂ ਹੀਣੇ ਨਾ ਸਮਝਿਓ, ਸ਼ਹਿਨਸ਼ਾਹ ਸਮਝੋ। ਕਹੋ ਨਾਨਕ ਪ੍ਰਭ ਕਿੰਨੀ ਦਇਆ, ਬਾਂਹ ਪਕੜ ਰੋਗੋਂ ਕੱਢ ਲਿਆ। ਇਸ ਨੀਂਦ ਦੇ ਰੋਗ ਵਿੱਚੋਂ ਬਾਂਹ ਫੜ ਕੇ ਜਿਹਨੂੰ ਉਠਾ ਲਿਆ ਨਾ, ਉੱਤੇ ਸਮਝ ਲਓ ਗੁਰੂ ਦੀ ਦਇਆ ਹੋਈ, ਕਿਰਪਾ ਹੋਈ। ਇੱਕ ਜਗੰਦੇ ਨਾ ਲੈਣ, ਇੱਕ ਨਾ ਸੁੱਤਿਆਂ ਦੇ, ਜਿਸੇ ਜਗਾਏ, ਜਿਹਨੂੰ ਜਗਾ ਕੇ ਮੂੰਹ ਨੂੰ ਦੁੱਧ ਦੀ ਸ਼ੀਸ਼ੀ ਬੱਚੇ ਨੂੰ ਲਾਉਂਦੀ ਹੈ ਨਾ ਮਾਂ, ਉਹਨੂੰ ਹੀ ਲਾਉਂਦੀ ਜਿਹੜਾ ਉਹਦਾ ਬੱਚਾ ਹੁੰਦਾ। ਆਖੋ ਵਾਹਿਗੁਰੂ। ਅੰਮ੍ਰਿਤ ਵੇਲੇ ਨਾਮ ਜਪਣ ਵੀ ਉਸ ਸਿੱਖ ਨੂੰ ਲਾਉਂਦਾ ਜਿਹਨੂੰ ਉਹਨੇ ਕਹਿਤਾ ਮੇਰਾ ਪੋਤਿਆ। ਉੱਠਿਆ ਕਰੋ ਅੰਮ੍ਰਿਤ ਵੇਲੇ। ਉਹਨੇ ਕਹਿ ਰਾਜੇ ਤੁਸੀਂ ਜੇ, ਉਹ ਕਵੇ ਰਾਜਾ ਤੂੰ ਏ, ਉਹ ਕਹਿ ਰਾਜੇ ਤੁਸੀਂ ਜੇ। ਰਾਜੇ ਨੇ ਆਖਿਆ, ਚੱਲ ਗੁਰੂ, ਕਿਆ ਸਿੱਖਾ ਮੈਨੂੰ ਇੱਕ ਵਾਰ ਦੱਸ, ਇਹ ਸਾਰਾ ਕੁਝ ਤੈਨੂੰ ਕਿੱਥੋਂ ਮਿਲਿਆ? ਇਹ ਸਮਾਧੀ ਤੈਨੂੰ ਕਿੱਥੋਂ ਮਿਲੀ? ਇਹ ਮੰਤਰ ਤੈਨੂੰ ਕਿੱਥੋਂ ਮਿਲਿਆ? ਪਤਾ ਨੀ ਰੋਮ ਰੋਮ ਚੋਂ ਆਵਾਜ਼ਾਂ ਆਈਆਂ, ਰਾਜਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ।
ਗੁਰ ਵਡ ਪਾਗੀ ਪਾਇਆ ਐਸਾ ਗੁਰ ਵਡ ਪਾਗੀ ਪਾਇਆ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਮਾਰਗ ਜਿਨੇ ਬਤਾਇਆ ਮਾਰਗ ਜਿਨੇ ਬਤਾਇਆ ਗੁਰ ਵਡ ਪਾਗੀ ਪਾਇਆ ਐਸਾ ਗੁਰ ਵਡ ਪਾਗੀ ਪਾਇਆ ਗੁਰ ਵਡ ਪਾਗੀ ਪਾਇਆ ਐਸਾ ਗੁਰ ਵਡ ਪਾਗੀ ਪਾਇਆ ਧੰਨ ਗੁਰੂ ਨਾਨਕ 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 ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਭਇਆ ਆਨੰਦ ਜਗਤ ਵਿੱਚ ਭਇਆ ਆਨੰਦ ਜਗਤ ਵਿੱਚ ਭਇਆ ਸਿੱਖ ਦੱਸ ਰਿਹਾ ਕਿਨੂੰ ਰਾਜੇ ਨੂੰ ਵੀ ਰਾਜਾ ਤੂੰ ਪੁੱਛਦਾ ਨਾ ਇਹ ਰਸ ਕਿੱਥੋਂ ਪੀਤਾ ਜੇ ਇਸ ਸ੍ਰਿਸ਼ਟੀ ਤੇ ਰਸ ਵੰਡਣ ਵਾਲਾ ਆਇਆ ਹੈ ਕੱਲ ਤਾਰਨ ਗੁਰੂ ਉਹਨੇ ਕਿਹਾ ਹੈ ਕੌਣ ਉਹ ਰਾਜੇ ਨੇ ਨਾਮ ਨਹੀਂ ਸੀ ਸੁਣਿਆ ਕਿਹਦਾ ਰਾਜੇ ਸ਼ਿਵਨਾਭ ਨੇ ਅਜੇ ਮੇਰੀ ਸਰਕਾਰ ਦਾ ਗੁਰੂ ਨਾਨਕ ਜਿਨ ਸੁਣਿਆ ਤੇ ਫਿਰ ਅਜੇ ਨਾਂ ਨਹੀਂ ਸੀ ਸੁਣਿਆ ਅੱਜ ਪਹਿਲੇ ਦਿਨ ਨਾਂ ਸੁਣਿਆ ਪ੍ਰਭ ਪੇਖਤ ਜੀਵਾਂ ਠੰਡੀ ਥੀਵਾਂ ਨਾਂ ਸੁਣਿਆ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਨਾਂ ਹੀ ਸੁਣਿਆ ਤੇ ਠੰਡ ਪੈ ਗਈ ਤੇ ਰਾਜਾ ਪੁੱਛਦਾ ਜਿਹਨੇ ਤੈਨੂੰ ਇਹ ਨਾਮ ਦਿੱਤਾ ਮੈਂ ਉਹਨੂੰ ਮਿਲ ਸਕਦਾ ਕੀ ਪੁੱਛਿਆ ਜਿਹਦਾ ਨਾਮ ਜਪ ਕੇ ਤੇਰੀ ਸੁਰਤ ਜੁੜ ਗਈ ਮੈਂ ਉਹਨੂੰ ਮਿਲ ਸਕਦਾ ਤੇ ਲੱਕੜਾਂ ਵੱਢਣ ਵਾਲੇ ਸਿੱਖ ਨੇ ਆਖਿਆ ਕਿਉਂ ਨਹੀਂ ਸਾਂਝਾ ਸਾਹਿਬ ਤੇਰਾ ਵੀ ਮੇਰਾ ਵੀ ਸਾਰਿਆਂ ਦਾ ਸਾਂਝਾ ਬਾਪ ਆ ਆਵਾਜ਼ ਤੇ ਮਾਰ ਤੇ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਨਾ ਮਹਾਂਪੁਰਸ਼ਾਂ ਦਾ ਡੇਰਾ ਕਿੱਥੇ ਆ ਕਹਿੰਦੇ ਹੁਣ ਚਲੋ ਮੈਂ ਬਹੁਤਾ ਨਹੀਂ ਜਾਂਦਾ ਇੱਕ ਵਾਰ ਮੈਨੂੰ ਦੱਸੋ ਕਹਿੰਦੇ ਆ ਨਾ ਜਿਹਨੂੰ ਕਿਸੇ ਨੂੰ ਚੋਲੇ ਵਾਲੇ ਨੂੰ ਇਹਨੇ ਕੀ ਕਹਿੰਦੇ ਇਹਨਾਂ ਦਾ ਡੇਰਾ ਇਸ ਤਰ੍ਹਾਂ ਹੀ ਪੁੱਛਿਆ ਉਹਨੇ ਵੀ ਤੇਰੇ ਗੁਰੂ ਨਾਨਕ ਦਾ ਡੇਰਾ ਕਿੱਥੇ ਆ ਸੋਹਣੀ ਤਰ੍ਹਾਂ ਚੌਂਕੜਾ ਮਾਰ ਕੇ ਦੋ ਚਾਰ ਮਿੰਟ ਬਾਕੀ ਨੇ ਆਖੋ ਵਾਹਿਗੁਰੂ ਉਹਨੇ ਕਿਹਾ ਰਾਜਾ ਉਹਦਾ ਡੇਰਾ ਦੱਸਾਂ ਘੱਟ ਘੱਟ ਵਾਸੀ ਸਰਬ ਨਿਵਾਸੀ ਬੋਲੋ ਹਾਂ ਘੱਟ ਘੱਟ ਵਾਸੀ ਸਰਬ ਨਿਵਾਸੀ ਘੱਟ ਘੱਟ ਮੇਰਾ ਗੁਰੂ ਨਾਨਕ ਘੱਟ ਘੱਟ ਵਾਸੀ ਸਰਬ ਨਿਵਾਸੀ ਘੱਟ ਘੱਟ ਨੇਰੇ ਹੂੰ ਤੇ ਨੇਰਾ ਨੇਰੇ ਨੇਰਾ ਮੇਰਾ ਗੁਰੂ ਨਾਨਕ ਨੇੜੇ ਤੋਂ ਵੀ
ਤੂੰ ਯਾਦ ਕਰ ਆਊਗਾ। ਉਹਨੇ ਕਿਹਾ ਕਿੱਥੇ ਵਿਕੇ ਇਰਾਦਾ, ਸ਼ਿਵਨਾਵ ਰਾਜਾ ਪੁੱਛਦਾ ਕਿੱਥੇ ਵਿਕੇ ਇਰਾਦਨਾ ਕਰਾਂ, ਕਹਿੰਦੇ ਜਿੱਥੇ ਹਰ ਅਰਾਧੀਏ, ਨਹੀਂ ਬਾਣੀ ਆਉਂਦੀ ਜਿੱਥੇ, ਜਿੱਥੇ ਚੌਂਕੜਾ ਮਾਰ ਕੇ ਉਹਦੀ ਉੱਥੇ ਹੀ ਆ ਜਾਂਦਾ, ਜਿੱਥੇ ਹਰ ਮਿੱਤ ਸਹਾਈ ਉੱਥੇ ਮਿੱਤਰ ਸਹਾਇਤਾ ਕਰਦਾ ਬਣ ਕੇ ਤੂੰ ਚੌਂਕੜਾ ਤੇ ਮਾਰ। ਉਹਨੇ ਕਿਹਾ ਚੱਲ ਮੈਂ ਮੰਨ ਲਾ ਆਪਣੇ ਘਰ ਬਹਿ ਕੇ ਉਹਦੀ ਅਰਾਧਨਾ ਸ਼ੁਰੂ ਕਰ ਦਿੰਦਾ, ਉਹ ਆ ਵੀ ਜਾਵੇ। ਆਖੋ ਵਾਹਿਗੁਰੂ, ਸੁਣੋ ਟਿਕੇ ਹੋ ਨਾ, ਉਹ ਮੈਂ ਪਛਾਣੂ ਕਿਸ ਤਰ੍ਹਾਂ, ਜੇ ਕੋ ਉਹਦੀ ਨਕਲ ਕਰਕੇ ਆ ਗਿਆ ਗੋਲ ਪੱਗ ਬੰਨ ਕੇ, ਆਖੋ ਵਾਹਿਗੁਰੂ ਚੋਲਾ ਪਾ ਕੇ, ਤੂੰ ਕਹਿੰਦਾ ਉਹਦੀ ਪੱਗ ਗੋਲ ਹੈ, ਉਹਦਾ ਚੋਲਾ ਹੈ, ਉਹਦਾ ਕੇਸਰੀ ਰੰਗ ਦਾ ਚੋਲਾ ਤੇ ਚਿੱਟਾ ਦਮਾਲਾ ਤੇ 7.5 ਫੁੱਟ ਲੰਬਾ ਏ, ਜੇ ਇਸ ਤਰ੍ਹਾਂ ਦਾ ਕੋਈ ਹੋਰ ਆ ਗਿਆ ਤੇ ਮੈਂ ਠੱਗਿਆ ਨਾ ਜਾਵਾਂ। ਤੇ ਰਾਜੇ ਦੇ ਸਾਹਮਣੇ ਸਿੱਖ ਨੇ ਛਾਤੀ ਚੌੜੀ ਕਰਤੀ, ਬਾਜ ਵਾਂਗੂ ਖੰਭ ਜਿਸ ਤਰ੍ਹਾਂ ਬਾਤ ਚੁੱਕ ਲੈਂਦਾ, ਕਹਿਣ ਲੱਗਾ ਨਹੀਂ ਮੇਰੇ ਗੁਰੂ ਦੀ ਕੋਈ ਰੀਸ ਨਹੀਂ ਕਰ ਸਕਦਾ, ਤੈਨੂੰ ਮੈਂ 3 ਗੁਣ ਦੱਸਦਾ ਉਹਦੇ ਜਿਹੜੇ ਕਿਸੇ ਚ ਨਹੀਂ ਹੈਗੇ। ਆਖੋ ਵਾਹਿਗੁਰੂ, ਕਿਹੜੇ ਕਿਹੜੇ ਹੈ? ਰਾਜੇ ਪੁੱਛਿਆ ਕਿਹੜੇ ਕਿਹੜੇ? ਕਹਿੰਦਾ ਇੱਕ ਤੇ ਉਹ ਕਿਸੇ ਕੋਲੋਂ ਪੈਸਾ ਨਹੀਂ ਲੈਂਦਾ, ਉਹ ਗੁਰੂ ਕੇ ਸਿੱਖੋ ਲੁੱਟ ਕੇ ਖਾ ਗਿਆ, ਸਾਧ ਲਾਣਾ ਸਾਨੂੰ ਖਾ ਗਿਆ। ਇੱਕ ਤੇ ਮੇਰਾ ਗੁਰੂ ਕਿਸੇ ਕੋਲੋਂ ਉਪਦੇਸ਼ ਦੇਣ ਦਾ ਪੈਸਾ ਨਹੀਂ ਲੈਂਦਾ, ਪਹਿਲੀ ਨਿਸ਼ਾਨੀ। ਆਖੋ ਵਾਹਿਗੁਰੂ, ਇੱਕ ਮੇਰੇ ਗੁਰੂ ਦੀ ਨਿਸ਼ਾਨੀ ਕਿਸੇ ਦੀ ਧੀ ਵੱਲ ਨਹੀਂ ਵੇਂਦਾ, ਇਹ ਗੁਰੂ ਮੇਰੇ ਦੀ ਪਰਮ ਨਿਸ਼ਾਨੀ ਹੈ। ਇੱਕ ਮੇਰਾ ਗੁਰੂ ਝੂਠ ਨਹੀਂ ਬੋਲਦਾ, ਇਹ 3 ਨਿਸ਼ਾਨੀਆਂ। ਆਖੋ ਵਾਹਿਗੁਰੂ, ਇਹ ਕਿਸੇ ਚ ਨਹੀਂ ਹੈਗੀਆਂ। ਜਦੋਂ ਕਦੀ ਤੈਨੂੰ ਮਿਲੇ ਸਭ ਤੋਂ ਪਹਿਲਾਂ ਇੱਕ ਸਵੱਟੀ ਲਾਈ, ਉਹਦੇ ਅੱਗੇ ਪੈਸੇ ਸੁੱਟ ਕੇ ਵੇਖੀ, ਜੇ ਤੇ ਉਹਨੇ ਚੁੱਕ ਲਏ ਤੇ ਉਹ ਮੇਰਾ ਗੁਰੂ ਨਾਨਕ ਨਹੀਂ। ਆਖੋ ਵਾਹਿਗੁਰੂ, ਪਕੜ ਰਹੇ ਹੋ ਪੁੱਤ, ਅਦਮਾਲਿਆਂ ਵਾਲੇ ਪਕੜ ਰਹੇ ਹੋ? ਜੇ ਤੇ ਪੈਸਿਆਂ ਦੀ ਥੈਲੀ ਲੈ ਲਈ ਤੇ ਉਹ ਮੇਰਾ, ਜੇ ਉਹਨੇ ਇਹ ਅੱਖ ਚੁੱਕ ਕੇ ਕਿਸੇ ਦੇ ਸਰੂਪ ਵੱਲ ਵੇਖਿਆ ਤੇ ਉਹ ਮੇਰਾ, ਸਾਰਾ ਕੁਝ ਜਾਣ ਲਿਆ, ਯਾਦ ਕਰਨ ਲੱਗ ਪਿਆ ਸੀ ਉਹ ਲੰਮੀ ਕਹਾਣੀ, ਮੇਰਾ ਗੁਰੂ ਨਾਨਕ ਉਹਦੇ ਘਰ ਆਇਆ। ਸਿੱਖਾ ਮੇਰੀ ਧੀਏ, ਚੇਤੇ ਰੱਖ ਚੌਂਕੜਾ ਮਾਰ, ਮੈਂ ਆਪਣੇ ਪਿਓ ਦੀ ਗੋਦ ਵਿੱਚ ਕਹਿੰਦਾ ਤੇਰੇ ਕੋਲ ਵੀ ਆਊਗਾ, ਉਹ ਆਊਗਾ, ਉਹ ਸੱਚਮੁੱਚ ਆਉਂਦਾ ਜੀ। ਆਪ ਮਿਲਿਆ ਘਰ ਆਏ, ਬੋਲੋ ਆਪ ਮਿਲਿਆ, ਫਿਰ ਬੋਲੋ ਆਪ ਮਿਲਿਆ ਘਰ ਆਏ। ਉਹ ਜਿੱਥੇ ਹਰ ਅਰਾਧੀਏ, ਜਿੱਥੇ ਕੋ ਉਹਨੂੰ ਆਵਾਜ਼ ਮਾਰਦਾ ਹੈ ਉੱਥੇ ਪਹੁੰਚ ਜਾਂਦਾ। ਆਵਾਜ਼ ਆ ਮਾਰੀ ਪਿਆਰ ਦੀ, ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਅਕਾਲ। ਆ ਸ਼ਬਦ ਪੂਰਾ ਕਰ ਲਈਏ, ਉਹ ਸ਼ਬਦ ਦਾ ਪਤਾ ਸੀ ਨਾ ਕੀ ਸੀ? ਕਿਨਮਿਦ ਕੁਸਲ ਹੋਤ ਮੇਰੇ, ਕਿਉਂ ਪਾਈਏ ਆਰਾਮ ਸਹਾਈ। 2 ਕੁਐਸਚਨ ਸੀ ਤੇ ਮੇਰੀ ਸਰਕਾਰ ਨੇ ਜੋ ਗੱਲ ਪਿੱਛੇ ਦੱਸੀ ਸੀ ਵੀ ਲਸ਼ਕਰ ਹੈ ਘੋੜੇ, ਨੇਬ ਖਵਾਸਾ, ਗਲ ਜੇਵੜੀ, ਹੋਮੇ ਕੇ ਫਾਸਾ। ਅੱਜ ਸਾਹਿਬ ਕਹਿੰਦੇ ਖੁਸ਼ੀ ਦੀ ਕੋਈ ਰਾਜ ਕਮਾਵੇ, ਰਾਜ ਕਮਾਵੇ
ਦੈਤਿਸ ਸਾਰੀ ਦਸਾਂ ਦਿਸ਼ਾਵਾਂ ਚ ਕੋਈ ਰਾਜ ਕਰਨ ਲੱਗ ਪਏ ਕਿ ਉਹਨੂੰ ਖੁਸ਼ੀ ਮਿਲ ਸਕਦੀ? ਆਖੋ ਵਾਹਿਗੁਰੂ। ਜੇ ਮਿਲ ਸਕਦੀ ਹੁੰਦੀ ਸਰਕਾਰ ਇਹ ਨਾ ਲਿਖਦੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਲਿਖਿਆ ਕਿ ਸੁਖੀਆ? ਪਤਾ ਲੱਗ ਗਿਆ ਇਹਦੇ ਚ ਵੀ ਖੁਸ਼ੀ ਨਹੀਂ ਹੈਗੀ। ਰਾਜ ਕਮਾਵੇ ਦੈ ਦਿਸ ਭਾਰੀ ਮਾਣੇ ਰੰਗ ਭੋਗ ਬਹੁ ਨਾਰੀ, ਤਰ੍ਹਾਂ ਤਰ੍ਹਾਂ ਦੇ ਭੋਗ ਭੋਗੇ ਉਹਦੇ ਚ ਵੀ ਖੁਸ਼ੀ ਨਹੀਂ। ਇਹ ਸਭ ਕੁਝ ਇਸ ਤਰ੍ਹਾਂ ਜੋ ਨਰਪਤ ਸੁਪਨੇ ਪਖਾਰੀ, ਕੋਈ ਰਾਜਾ ਸੁਪਨੇ ਦੇ ਵਿੱਚ ਹੈ ਰਾਜਾ? ਆਖੋ ਵਾਹਿਗੁਰੂ, ਰੱਜ ਕੇ ਬੋਲੋ। ਇੱਕ ਮਿੰਟ ਮੈਂ ਤੁਹਾਡਾ ਲਾਂ, ਜੇ ਜੁੜੇ ਹੋ ਤਾਂ ਇਸ ਤਰ੍ਹਾਂ ਕਰ ਲਓ, ਥੋੜੀ ਬੁੱਧੀ ਜੇ ਪਈ ਹੈ ਤੇ ਹਟ ਜਾਓ, ਕਰ ਲਾ ਪਤਾ ਲੱਗਾ ਤੁਸੀਂ ਭਖਾਰੀ ਹੋ ਕੇ ਰਾਜੇ ਬੋਲਦੇ ਨੀ ਜੇ। ਤੁਹਾਡਾ ਗੁਰੂ ਤੇ ਤੁਹਾਨੂੰ ਰਾਜ ਦੇ ਕੇ ਗਿਆ, ਭਖਾਰੀ ਕਦੋਂ ਦੇ ਹੋ ਗਏ ਹੋ? ਸਾਡਾ ਗੁਰੂ ਤੇ ਸਾਨੂੰ ਕੀ ਕਿਹਾ ਸੀ, ਅਨਗਰੀਬ ਸਿੱਖਣ ਕੋ ਪਾਤਸ਼ਾਹੀਆਂ ਦੇ ਕੇ ਗਿਆ ਕਿ ਵਾਪਸ ਲੈ ਲਈ ਉਹਨੇ ਤੁਹਾਡੇ ਤੋਂ? ਪਤਾ ਲੱਗ ਰਿਹਾ ਜਿਹੜੀ ਪਾਤਸ਼ਾਹੀ ਤੁਹਾਨੂੰ ਦਿੱਤੀ ਸੀ ਕੀ ਵਾਪਸ ਲੈ ਲਈ? ਤੁਸੀਂ ਪਾਤਸ਼ਾਹੀ ਤਖ਼ਤ ਤੇ ਸੌਂ ਗਏ ਹੋ, ਜਿੰਨਾ ਚਿਰ ਸੁੱਤੇ ਹੋ ਸੁਪਨਾ ਤੁਹਾਨੂੰ ਆ ਰਿਹਾ ਹੈ ਵੀ ਤੁਸੀਂ ਭਖਾਰੀ ਬਣ ਗਏ ਹੋ। ਤੁਸੀਂ ਤਖ਼ਤ ਤੇ ਸੋ, ਤਖ਼ਤ ਤੇ ਹੋ ਤੇ ਤਖ਼ਤ ਤੇ ਰਹੋਗੇ। ਗੁਰ ਕੀ ਦਾਤ ਨਾ ਮੇਟੇ ਕੋਈ, ਗੁਰੂ ਨੇ ਜੇ ਦਾਤ ਰਾਹੀਂ ਤੁਹਾਨੂੰ ਰਾਜ ਬਖਸ਼ਿਆ ਹੈ ਤੇ ਉਹ ਰਾਜ ਤੁਹਾਡੇ ਕੋਲੋਂ ਕੋਈ ਖੋ ਨਹੀਂ ਸਕਦਾ। ਆਖੋ ਵਾਹਿਗੁਰੂ, ਰੱਜ ਕੇ ਬੋਲੋ। ਪਕੜ ਰਹੇ ਹੋ ਜੀ? ਤਖ਼ਤ ਤੇ ਬੈਠੇ ਸੌਂ ਗਏ ਹਾਂ, ਧੀਓ ਬੋਲੋ, ਅਸੀਂ ਤਖ਼ਤ ਤੇ ਬੈਠੇ ਸੱਚਮੁੱਚ ਐਸੀ ਗਹਿਰੀ ਨੀਂਦ ਆਈ, ਸੁੱਤੇ ਪਏ ਭਖਾਰੀ ਹੋ ਗਏ। ਤੇ ਜਿਹੜਾ ਕੋਈ ਤਖ਼ਤ ਤੇ ਬੈਠਾ ਹੈ ਨਾ, ਸੁੱਤਾ ਭਖਾਰੀ ਹੋ ਗਿਆ, ਜ਼ਰੂਰਤ ਸਿਰਫ ਅੱਖ ਖੋਲਣ ਦੀ ਆ। ਅੱਖ ਖੋਲੋ, ਮੈਂ ਤਿੰਨ ਗੱਲਾਂ ਕਹੀਆਂ। ਆਖੋ ਵਾਹਿਗੁਰੂ। ਤੁਸੀਂ ਜਿੱਦਣ ਤੋਂ ਤੁਹਾਨੂੰ ਉਹਨੇ ਅੰਮ੍ਰਿਤ ਦਿੱਤਾ ਏ, ਉਦਣ ਤੋਂ ਤੁਹਾਡੇ ਨਾਲ ਵਚਨ ਕੀਤਾ, ਰਾਜ ਕਰੇਗਾ ਖਾਲਸਾ। ਕਿਆ? ਇਨ ਗਰੀਬ ਸਿੱਖਣ ਕੋ ਉਹਦੇ ਰਾਜ ਦਾ ਸਦਕਾ ਤੁਸੀਂ ਤਖ਼ਤ ਤੇ ਸੋ, ਤਖ਼ਤ ਤੇ ਹੋ ਤੇ ਰਹਿੰਦੀ ਦੁਨੀਆਂ ਤਾਂ ਤੁਸੀਂ ਤਖ਼ਤ ਤੇ ਰਹੋਗੇ। ਜ਼ਰੂਰਤ ਕਾਦੀ? ਸ਼ਾਬਾਸ਼, ਜਿੰਦੀ ਰਹੋ। ਜ਼ਰੂਰਤ ਕਾਦੀ? ਤੁਸੀਂ ਸੁਪਨੇ ਚ ਭਖਾਰੀ ਹੋਏ ਹੋ, ਤੁਹਾਨੂੰ ਸੁਪਨਾ ਆ ਰਿਹਾ ਵੀ ਤੁਸੀਂ ਭਖਾਰੀ ਹੋ ਗਏ ਹੋ, ਉੱਠ ਖਲੋ। ਜਿੱਦਣ ਨਿਤਨੇਮ ਉੱਠ, ਸੁਪਨੇ ਚ ਕੋਈ ਨਿਤਨੇਮ ਕਰਦਾ ਬੋਲੋ ਗੁਰੂ ਕਿਸੇ ਕੋਲ? ਜਦੋਂ ਜਾਗੀਏ ਕੀ ਕਰੀਦਾ? ਉੱਠੋ, ਜਾਗੋ, ਨਿਤਨੇਮ ਤੇ ਲੱਗ ਜਾਓ। ਤੁਹਾਨੂੰ ਤਖ਼ਤ ਤੋਂ ਕਿਸੇ ਨੇ ਲਾਇਆ ਨਹੀਂ, ਜੇ ਗੁਰੂ ਅਬਚਲਿਆ ਤੇ ਉਹਦਾ ਤਖ਼ਤ ਵੀ, ਗੁਰੂ ਨੇ ਨਹੀਂ ਮਿਟਣਾ ਤੇ ਉਹਦੇ ਵਚਨ ਨੇ ਵੀ ਨਹੀਂ ਮਿਟਣਾ। ਤੁਹਾਨੂੰ ਵਚਨ ਦੇ ਕੇ ਗਿਆ ਮੈਂ, ਇਹ ਜਿਹੜੇ ਨੇ ਨਾ ਸਰੂਪ ਕਰੀ ਸਾਜਨਾ ਜਾਸਕੀ, ਆਉਂਦੀ ਨਹੀਂ ਬਾਣੀ,
ਕਰੀ। ਆ ਜਿਹੜਾ ਸਰੂਪ ਮੈਂ ਕਿਸ ਕੇ ਦਮਾਲਿਆਂ ਵਾਲਾ ਅਤੇ ਕਿਰਪਾਨਾਂ ਵਾਲਾ ਅਤੇ ਕਛਹਿਰਿਆਂ ਵਾਲਾ ਬਣਾਇਆ, ਇਹ ਜਿਹੜੀ ਸਾਜਨਾ ਮੈਂ ਕੀਤੀ ਹੈ ਨਾ, ਇਹ ਮੈਂ ਕਿਸੇ ਆਰਕੀਟੈਕਟਰ ਕੋਲੋਂ ਨਹੀਂ ਖਿੱਚੀ, ਮੇਰੇ ਆਪਣੀ ਸੁਰਤ ਵਿੱਚੋਂ ਕੱਢਿਆ ਹੋਇਆ ਨਕਸ਼ਾ ਹੈ। ਕਿਹੜਾ? ਆਹ ਦਮਾਲਿਆਂ ਵਾਲਾ ਸਰੂਪ, ਇਹ ਮੈਂ ਕਿਸੇ ਆਰਕੀਟੈਕਟ ਕੋਲੋਂ ਨਹੀਂ ਬਣਵਾਇਆ, ਤਿਆਰ ਨਹੀਂ ਕਰਵਾਇਆ। ਕਰੀ ਸਾਜਨਾ ਜਾਸਕੀ, ਜਾਸਕੀ ਜਿਹਨਾਂ ਦੀ ਮੋਹੇ ਜੋ ਆਪਣੇ ਹੱਥ, ਜਦੋਂ ਮੈਂ ਪਹਿਲੀ ਵਾਰ ਬਾਟੇ 'ਚ ਖੰਡਾ ਫੇਰਿਆ ਤਾਂ ਮੈਂ ਕਿਸੇ ਕੋਲੋਂ ਨਹੀਂ ਫਰਵਾਇਆ। ਬੋਲੋ ਨਾ ਧੀਓ ਬੱਚਿਓ ਗੁਰਸਿੱਖੋ, ਮੈਂ ਆਪ ਫੇਰਿਆ, ਇਸ ਸਰੂਪ ਨੂੰ ਮੈਂ ਕੱਢਿਆ। ਕਰੀ ਸਾਜਨਾ ਜਾਸਕੀ ਮੋਹੇ ਜੋ ਆਪਣੇ ਹੱਥ, ਇਨਕੀ ਸੰਸਰ ਜੋ ਕਰੂ। ਜਿਹੜਾ ਬੰਦਾ ਇਹਨਾਂ ਲਵੇਖ ਕੇ ਈਰਖਾ ਕਰਕੇ ਇਹਨਾਂ ਦਾ ਬੁਰਾ ਮੰਗੂ, ਇਨਕੀ ਸੰਸਰ ਜੋ ਕਰੂ, ਪਤਾ ਲੱਗ ਗਿਆ ਕਿ ਫਿਰ ਜੋੜਾਂ ਤਾਰ। ਕਰੀ ਸਾਜਨਾ ਆਸਰੂ, ਇਤਰਾਂ ਸੱਜਾ ਗੋਡਾ ਥੱਲੇ ਲਾ ਕੇ ਖੱਬਾ ਉੱਚਾ ਉੱਚ ਚੁੱਕ ਕੇ, ਤਾਂ ਪੰਜ ਬਾਣੀਆਂ ਪੜ੍ਹ ਕੇ ਜਿਹੜੀ ਹੈ ਸਾਜਨਾ ਮੈਂ ਸਰੂਪ ਦੀ ਕੀਤੀ। ਮੋਹੇ ਜੋ ਆਪਣੇ ਹੱਥ, ਮੈਂ ਆਪਣੇ ਹੱਥ ਨਾਲ ਕੀਤੀ। ਇਨਕੀ ਸੰਸਰ ਜੋ ਕਰੂ, ਜਲ ਜਾਊ ਕੁਲ ਸਾਥ। ਨਹੀਂ ਪਤਾ ਲੱਗਾ ਕਿ ਕੁਲਾਂ ਸਮੇਤ ਸੜਕੇ ਰਾਖ ਹੋ ਜੂ ਜਿਹੜਾ ਮੇਰੇ ਇਸ ਸਰੂਪ ਨਾਲ ਈਰਖਾ ਕਰੂ। ਸੌ ਗਏ ਹੋ ਤਾਂ ਭਖਾਰੀ ਹੋ, ਨਰਪਤ ਏਕ ਸਿੰਘਾਸਨ ਸੋਇਆ ਤੇ ਸੁਪਨੇ ਪਿਆ। ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਮਨੇ ਹਾਲਤ। ਉਹ ਸਾਡੀ ਹਾਲਤ ਆ, ਜਿਸ ਤਰ੍ਹਾਂ ਇੱਕ ਰਾਜਾ ਸਿੰਘਾਸਨ ਤੇ ਬੈਠਾ ਹੋਇਆ, ਸੌ ਗਿਆ ਤੇ ਸੁਪਨੇ ਚ, ਤੁਸੀਂ ਸਿੰਘਾਸਨ ਤੇ ਹੋ। ਸਿੱਖੋ, ਤੁਸੀਂ ਸਿੰਘਾਸਨ ਤੇ ਹੋ। ਤੁਸੀਂ ਰਾਜ ਕਿਸੇ ਬ੍ਰਾਹਮਣ ਕੋਲੋਂ, ਕਿਸੇ ਮੁਸਲਮਾਨ ਕੋਲੋਂ, ਕਿਸੇ ਗੋਲੇ ਕੋਲੋਂ ਨਹੀਂ ਲੈਣਾ। ਤੁਹਾਡਾ ਰਾਜ ਤੁਹਾਨੂੰ ਗੁਰੂ ਬਖਸ਼ ਕੇ ਗਿਆ ਹੈ। ਜਾਗ ਉੱਠੋ ਤੇ ਚਾਬੀਆਂ ਲੈ ਲਓ। ਆਖੋ ਵਾਹਿਗੁਰੂ ਕੀ ਆਖਿਆ? ਜਾਗ ਉੱਠੋ ਤੇ ਚਾਬੀਆਂ ਲੈ ਲਓ। ਚਾਬੀ ਕਿਸੇ ਕੋਲ ਨਹੀਂ, ਗੁਰੂ ਕੋਲ ਆ। ਅਵਰਨਾ ਕੁੰਜੀ ਹੱਥ, ਤੇ ਜਦੋਂ ਜਾਗੋਗੇ ਉਦੋਂ ਹੀ ਮੰਗੋਗੇ ਨਾ। ਮੇਰਾ ਸਾਹਿਬ ਕਹਿੰਦੇ ਕੋਈ ਇਸ ਤਰ੍ਹਾਂ ਦਾ ਰਾਜਾ ਜਿਹੜਾ ਸੁਪਨੇ ਚ ਸੌ ਗਿਆ ਤੇ ਆਖੇ ਮੈਨੂੰ ਬੜੀ ਖੁਸ਼ੀ ਹੈ, ਭਿਖਾਰੀ ਹੋਇਆ ਫਿਰਦਾ। ਹੁਣ ਖੁਸ਼ੀ ਦੀ ਗੱਲ ਦੱਸਣ ਲੱਗੇ ਨੇ। ਇੱਕ ਕੁਸਲ ਬੋਲੋ, ਕੁਸਲ ਮਨੇ ਕੀ ਦੱਸਿਆ? ਖੁਸ਼ੀ, ਖੁਸ਼ੀ ਸਾਰੇ ਬੋਲੋ। ਇੱਕ ਖੁਸ਼ੀ ਮੈਨੂੰ ਗੁਰੂ ਨੇ ਦੱਸੀ। ਇੱਕ ਕੁਸਲ ਮੌਕੋ ਸਤਿਗੁਰੂ ਬਤਾਇਆ, ਬੋਲੋ ਇੱਕ ਇੱਕ ਕੁਸਲ ਮੌਕੋ ਸਤਿਗੁਰੂ ਬਤਾਇਆ, ਇੱਕ ਕੀ ਜੀ ਖੁਸ਼ੀ ਦਾ? ਇੱਕ ਰਾਹ ਮੇਰੇ ਸਤਿਗੁਰੂ ਨੇ ਮੈਨੂੰ ਬਤਾਇਆ, ਦੱਸਿਆ। ਕਿਹੜਾ? ਹਰ ਜੋ ਕਿਛ ਕਰੇ ਸੋ ਹਰ ਕਿਆਂ ਭਗਤਾਂ ਪਾਇਆ, ਹਰ ਜੋ ਕਿਛ ਕਰੇ ਸੋ ਹਰ ਕਿਆਂ ਭਗਤਾਂ
ਉਹਦੇ ਕੀਤੇ ਨੂੰ ਚੰਗਾ ਮੰਨ ਲਿਆ, ਖੁਸ਼ੀ ਪ੍ਰਾਪਤ ਹੋ ਗਈ। ਚਰਖੜੀ ਤੇ ਵੀ ਖੁਸ਼ੀ, ਰੰਬੀ ਦੇ ਥੱਲੇ ਵੀ ਖੁਸ਼ੀ, ਉਬਲਦੀ ਰੂਹ ਚ ਵੱਜਿਆ ਹੋਇਆ ਵੀ ਤੇ ਆਰੇ ਨਾਲ ਚੀਰੇ ਜਾਣ ਚ ਵੀ। ਕਿਉਂ? ਮੇਰੇ ਗੁਰੂ ਨੂੰ ਭਾ ਰਿਹਾ ਸੀ ਇਸ ਤਰ੍ਹਾਂ, ਇੱਕ ਕੁਸਲ ਮੌਕੋ ਸਤਿਗੁਰੂ ਬਤਾਇਆ, ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ। ਮੈਂ ਇੰਨੀ ਬਰੀਕੀ ਨਾਲ ਤੁਹਾਨੂੰ ਸਮਝਾ ਨਹੀਂ ਸਕਿਆ, ਤੁਸੀਂ ਆਪ ਸਮਝ ਲਿਓ। ਮੇਰੇ ਵੀਰ ਨਾਮ ਜਪਣ ਵਾਲੇ, ਸਭ ਤੋਂ ਵੱਡੀ ਖੁਸ਼ੀ ਕੀ ਹੈ? ਜੋ ਰੱਬ ਕਰੇ ਉਹ ਚੰਗਾ ਲੱਗੇ, ਨਹੀਂ ਪਤਾ ਲੱਗਾ? ਜੋ ਰੱਬ, ਇਹ ਸਭ ਤੋਂ ਵੱਡੀ ਖੁਸ਼ੀ। ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ। ਫਿਰ ਮੇਰਾ ਸਾਹਿਬ ਤੀਸਰੀ ਤੋਂ ਕੁਝ, ਜਨ ਨਾਨਕ ਹੋਮੈ ਮਾਰ ਸਮਾਇਆ, ਜਨ ਨਾਨਕ ਹੋਮੈ ਆਪਣਾ ਮਿਟਾ ਦਿੱਤਾ ਤੇ ਆਪਣੇ ਪਰਮ ਪਿਤਾ ਪਰਮੇਸ਼ਵਰ ਵਿੱਚ ਸਮਾ ਗਿਆ। ਆ ਹੁਣ ਪਹਿਲੀਆਂ ਦੋ ਤੁਕਾਂ ਦਾ ਹੁਣ ਜਵਾਬ ਜੇ ਆਖੋ ਵਾਹਿਗੁਰੂ, ਕਿਹੜੀਆਂ ਦਾ? ਪਹਿਲੇ ਕਿਨ ਵਿਦ ਕੁਸਲ ਕਿਉਂ ਪਾਈਏ ਹਰ, ਜਿੱਦਣ ਰੱਬ ਦਾ ਕੀਤਾ ਭਾ ਜਾਂਦਾ ਨਾ। ਆ ਵੇਖ ਲਿਖਿਆ, ਇਨ ਵਿਦ ਕੁਸਲ ਹੋਤ ਮੇਰੇ ਭਾਈ, ਬੋਲੋ ਮੇਰਾ ਭਰਾਵਾ, ਇਸ ਤਰ੍ਹਾਂ ਖੁਸ਼ੀ ਪ੍ਰਾਪਤ ਹੁੰਦੀ ਵੀ ਜੋ ਰੱਬ ਕਰਦਾ ਹੈ ਉਹਦੇ ਕੀਤੇ ਨੂੰ ਚੰਗਾ ਸਮਝਣ ਲੱਗ ਪਏ, ਇਹ ਅਸਲੀ ਖੁਸ਼ੀ ਦਾ ਰਾਹ ਖੁੱਲ ਗਿਆ। ਦੁੱਖ ਕਦੋਂ ਆ? ਆਖੋ ਵਾਹਿਗੁਰੂ, ਦੁੱਖ ਉਦੋਂ ਆ ਜਦੋਂ ਰੱਬ ਚਾਹੁੰਦਾ ਹੈ ਵੀ ਤੂੰ ਭੀਖ ਮੰਗ ਤੇ ਮੈਂ ਕਹਿੰਦਾ ਮੈਂ ਤੇ ਰਾਜ ਕਰਨਾ। ਰੱਬ ਕਹਿੰਦਾ ਤੂੰ ਜਾਗ, ਮੈਂ ਕਹਿੰਦਾ ਮੈਂ ਤੇ ਸੌਣਾ ਹੈ। ਇੱਥੇ ਦੁੱਖ ਨੇ, ਜਿੱਦਣ ਉਹ ਉਠਾਵੇ ਤੇ ਉੱਠ ਖਲੋਵੇ ਨਾ, ਇਹਦੇ ਜਿਹੜੀ ਖੁਸ਼ੀ ਕੋਈ ਨਹੀਂ। ਤੇ ਸਾਨੂੰ ਸਾਰਿਆਂ ਨੂੰ ਹੁਕਮ ਜੇ ਗੁਰ ਸਤਿਗੁਰ ਕਾ ਜੋ ਕੀ ਕਰੇ, ਇਸ ਗੱਲ ਚੋਂ ਖੁਸ਼ੀ ਲੱਭੋ ਨਾ, ਸੋ ਭਲਕੇ ਉੱਠ ਹਰ। ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਪਹਿਲੀ ਗੱਲ ਦਾ ਜਵਾਬ ਆ ਗਿਆ, ਇਨ ਵਿਦ ਕੁਸ਼ਲ ਹੋਤ ਮੇਰੇ, ਤੇ ਦੂਸਰੀ ਗੱਲ ਤੇ ਰਹਿ ਗਈ, ਕਿਧਰ ਚਲੇ ਗਏ? ਇਤਰਾ ਗਹਿਰਾ ਜ਼ਰੂਰ ਵਿੱਚ ਹੀ ਹੋ ਜਾਏਗਾ। ਅੱਖ ਵਾਹਿਗੁਰੂ, ਆਰਾ ਫਿਰਦਿਆਂ ਵੀ ਉਹਦਾ ਧਿਆਨ ਇੱਕੇ ਪਾਸੇ ਸੀ, ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ, ਆਰਾ ਫਿਰ ਰਿਹਾ ਸੀ। ਅਸੀਂ ਸੰਗਤ ਚ ਬੈਠੇ ਨਹੀਂ, ਖੁਸ਼ੀ ਇਸ ਗੱਲ ਵਿੱਚ ਆ ਜਿੱਥੇ ਬੈਠੇ ਹੋ ਤੁਹਾਨੂੰ ਪਤਾ ਹੋਵੇ ਅਸੀਂ ਕਿੱਥੇ ਬੈਠੇ ਹਾਂ। ਆਖੋ ਵਾਹਿਗੁਰੂ, ਇੱਕ ਗੱਲ ਦਾ ਜਵਾਬ ਆਇਆ ਵੀ ਖੁਸ਼ੀ ਕਿਸ ਤਰ੍ਹਾਂ ਹੁੰਦੀ ਹੈ। ਹੁਣ ਦੂਸਰਾ ਕੁਐਸਚਨ ਸੀ, ਰਾਮ ਕਿਸ ਤਰ੍ਹਾਂ ਪਾਈਏ? ਕਹਿੰਦੇ ਆਹ ਜੁਗਤੀ ਸਮਝ ਲਾ, ਆਖੋ ਵਾਹਿਗੁਰੂ, ਵੀ ਹਰ ਜੋ ਕਿਛ ਕਰੇ ਹਰ ਕਿਆ ਭਗਤਾਂ। ਤੇ ਇਸੇ ਗੱਲ ਦਾ ਹੀ ਫਿਰ ਜਵਾਬ ਦੇ ਕੇ ਕਹਿੰਦੇ ਨੇ, ਇਉਂ ਪਾਈਏ ਹਰ ਰਾਮ ਸਹਾਈ, ਇਉਂ ਪਾਈਏ
ਉਹਦਾ ਕੀਤਾ ਚੰਗਾ ਲੱਗਣਾ ਸ਼ੁਰੂ ਹੋ ਗਿਆ, ਇਹੀ ਖੁਸ਼ੀ ਬਣ ਗਿਆ ਤੇ ਇਹੀ ਰੱਬ ਨੂੰ ਪਾਉਣ ਦਾ ਵੇ ਬਣ ਗਿਆ। ਪਤਾ ਲੱਗਾ ਜੇ ਕਿ ਨਹੀਂ ਬੋਲਣਾ, ਆਖੋ ਵਾਹਿਗੁਰੂ। ਕੋਈ ਤੁਹਾਡੇ ਵਿੱਚੋਂ ਇਹੋ ਜਿਹਾ ਜਿਹਨੂੰ ਇਹ ਗੱਲ ਪਤਾ ਨਹੀਂ ਲੱਗੀ ਤੇ ਮੈਂ ਕੱਲ ਵੀ ਕੋਸ਼ਿਸ਼ ਕਰੂੰਗਾ ਫਿਰ, ਵੈਸੇ ਅਗਲਾ ਸ਼ਬਦ ਆਰੰਭ ਕਰਾਂਗੇ, ਆਖੋ ਵਾਹਿਗੁਰੂ। ਕੱਲ ਤੇ ਬਾਬਾ ਬੰਦਾ ਸਿੰਘ ਸਾਹਿਬ ਦਾ ਦਿਹਾੜਾ ਹੈ, ਤੁਸਾਂ ਤੇ ਮੈਂ ਬੈਠਣਾ ਹੈ, ਉਹਦੇ ਉਸ ਖੂਨੀ ਇਤਿਹਾਸ ਨੂੰ ਸੋਚਣਾ ਹੈ ਤੇ ਵਿਚਾਰਨਾ ਹੈ। ਗੁਰੂ ਕੇ ਸਿੱਖੋ, ਜਿੱਥੇ ਕਿਸੇ ਦੇ ਛੋਟੇ ਜਿਹੇ 4 ਸਾਲ ਦੇ ਬੱਚੇ ਦਾ ਕਲੇਜਾ ਕੱਢ ਕੇ ਕੀ ਕੀਤਾ ਸੀ, ਸਿੱਖਾ ਜਾਗ ਕੇ ਸੁਣੀ ਤੇ ਇੱਕ ਵਾਰ ਆਪਣੇ ਰੋਮ ਚੋਂ ਆਖੀ ਧਨ ਸਿੱਖੀ, ਧਨ ਸਿੱਖੀ, ਧਨ ਸਿੱਖੀ, ਤੇ ਹੱਥ ਜੋੜ ਕੇ ਦਾਤਾ ਜੀ ਕੋਲੋਂ ਮੰਗੀ, ਸਤਿਗੁਰੂ ਮੈਂ ਇਹ ਕੁਝ ਤੇ ਕਰਨ ਦੇ ਅਜੇ ਕਾਬਲ ਨਹੀਂ, ਮਗਰ ਮੇਰੀ ਝੋਲੀ 'ਚ ਅੰਮ੍ਰਿਤ ਵੇਲਾ ਜ਼ਰੂਰ ਪਾ ਦੇ, ਮੇਰੇ ਬੱਚਿਆਂ ਨੂੰ ਨਿਤਨੇਮ ਬਖਸ਼ ਦੇ। ਆਖੋ ਵਾਹਿਗੁਰੂ। ਜਿਹੜੇ ਪਲਾਂਟ ਧਰਤੀ 'ਚੋਂ ਤਾਂ ਪੁੱਟ ਲਈਏ ਅਤੇ ਜਿੰਨੇ ਮਰਜ਼ੀ ਸ਼ੀਸ਼ੇ 'ਚ ਰੱਖ ਲਈਏ ਉਹ ਪਲਾਂਟ ਸੁੱਕ ਜਾਂਦੇ, ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਵਧੀਆ ਕਾਰਾਂ 'ਚ ਘੁਮਾ ਸਕਦੇ ਹੋ, ਵਧੀਆ ਵਧੀਆ ਘਰਾਂ 'ਚ ਰੱਖ ਸਕਦੇ ਹੋ, ਮਗਰ ਜੇ ਸਤਿਗੁਰੂ ਦੀ ਧਰਤੀ ਨਾਲੋਂ ਆਪਣੇ ਬੱਚੇ ਤੁਸੀਂ ਵੱਖ ਕਰ ਲਏ ਤੇ ਉਹਨਾਂ ਨੂੰ ਕੋਈ ਹਰਿਆ ਨਹੀਂ ਰੱਖ ਸਕਦਾ। ਆਪਣੀ ਔਲਾਦ ਲਈ ਕੁਝ ਸਮਾਂ ਕੱਢੋ ਤੇ ਔਲਾਦ ਨੂੰ 5-5 ਬਾਣੀਆਂ ਪਹਿਲੋਂ ਤੇ ਕੰਠ ਕਰਾਓ। ਤੁਹਾਡੇ ਸਾਡੇ ਕੋਲ ਹੁਣ ਸਮਾਂ ਨਹੀਂ ਹੈਗਾ ਇਸ ਕੰਮ ਲਈ। ਆਖੋ ਵਾਹਿਗੁਰੂ। ਛੋਟੇ ਛੋਟਿਆਂ ਦੇ ਹੱਥਾਂ 'ਚ ਕੀ ਫੜਾਤੇ ਨੇ, ਬੋਲੋ ਅਸੀਂ ਤੁਸੀਂ ਫੜਾਏ, ਬੋਲੋ ਨਾ ਭੈਣਾਂ ਮੇਰੀਆਂ ਬੱਚੀਆਂ ਕੀ ਫੜਾਤੇ, ਤੇ ਫਿਰ ਕਹਿੰਦੇ ਹੋ ਸਾਡੇ ਨਿੱਕੇ ਜਿਹੇ ਪਚੰਗੀ ਨੂੰ ਐਨਕ ਲੱਗ ਗਈ। ਇੱਕ ਸਾਧੂ ਕਥਾ ਕਰਦਾ, ਇੱਕ ਦਿਨ ਪੰਜਾਬ ਨਕੋਦਰ 'ਚ ਕਹਿੰਦਾ ਸੀ, ਬੱਚੇ ਦਾ ਹੱਥ ਤੱਤੀ ਤਵੀ 'ਤੇ ਰਖਾ ਦਿਓ ਤੇ ਉਹ ਤੇ ਕਦੀ ਠੀਕ ਹੋ ਜੂ। ਕੀ ਕਹਿ ਰਿਹਾ ਮੈਂ, ਬੱਚੇ ਦਾ ਹੱਥ ਫੜ ਕੇ ਬੋਲੋ ਰਖਾ ਦਿਓ ਤੇ ਚਮੜੀ ਸੜ ਜੂਗੀ ਤੇ ਕੁਝ ਦਿਨਾਂ ਤੱਕ ਉਹ ਚਮੜੀ ਫਿਰ ਨਵੀਂ ਆਜੂ, ਮਗਰ ਜਿਸ ਬੱਚੇ ਦੇ ਹੱਥ ਤੁਸੀਂ ਫੋਨ ਫੜਾਤਾ ਉਹ ਬੱਚੇ ਦਾ 7 ਸਾਲ ਦਾ ਤੁਸੀਂ ਮਸੂਮੀਅਤ ਦਾ ਪੀਰੀਅਡ ਲੁੱਟਤਾ। ਨਾ ਇਹ ਪਾਪ ਕਰੋ ਲੋਕੋ, ਬੱਚਿਆਂ ਨੂੰ ਹੋਰ ਤਰ੍ਹਾਂ ਟਾਈਮ ਉਹਨਾਂ ਦਾ ਪਾਸ ਕਰਾਓ, ਕਿਸੇ ਕੰਮ ਲਾ ਕੇ ਬਾਣੀ ਵੱਲ ਲਾ ਲਓ, ਘੁੰਮਣ ਲੈ ਜਾਓ, ਬਾਹਰ ਸੈਰ 'ਤੇ ਲੈ ਜਾਓ, ਆਪਣਾ ਟਾਈਮ ਕੱਢੋ, ਮਗਰ ਬੱਚਿਆਂ ਨੂੰ ਫੋਨ ਨਾ ਫੜਾਓ, ਆਪਣੀ ਔਲਾਦ ਦੇ ਆਪ ਦੁਸ਼ਮਣ ਨਾ ਬਣੋ। ਆਇਸ ਇੰਨੀ ਕੀਮਤੀ ਇੱਕ ਚੀਜ਼ ਆ, ਨਿੱਕੇ ਨਿੱਕੇ ਬੱਚਿਆਂ ਨੂੰ ਚਸ਼ਮੇ ਲੱਗ ਗਏ, ਮੇਰੀ ਹੱਥ ਜੋੜ ਕੇ ਬੇਨਤੀ, ਧਿਆਨ ਦਿਓ, ਆਪ ਵੀ ਨਾ ਵੇਖੋ, ਆਪਣੇ ਬੱਚਿਆਂ ਨੂੰ ਵੀ ਫੋਨ ਤੋਂ ਦੂਰ ਕਰੋ। ਜਿੰਨਾ ਚਿਰ ਫੋਨ ਤੋਂ ਦੂਰ ਹੋ ਗਏ ਕਿਤੇ ਨਾ ਕਿਤੇ ਭੁੱਲਿਆ ਚੁੱਕਿਆ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲੂਗਾ। ਭੁੱਲਾਂ ਨਾ ਚਿਤਾਰਿਓ, ਅਸੀਸ ਬਖਸ਼ੋ, ਅਮਰ ਸ਼ਕੋ ਗੁਰੂ ਵਾਲੇ ਬਣੋ, ਸਰਬੱਤ ਦਾ ਭਲਾ ਮੰਗਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।